ਨੀ ਬਹਿ ਜਾ ਬਹਿ ਜਾ ਪੂਆ ਜੇ ਤੂੰ ਇਹੀ ਜੀ ਹੁੰਦੀ ਚੱਜ ਦੀ ਤੈਨੂੰ ਸਹੁਰੇ ਨਾ ਰੱਖ ਲੈਂਦੇ ਫਿਰ ਖੜ ਜਾ ਕੁੜੀ ਨਾ ਬਸ ਪੂਆ ਕਦੇ ਸ਼ਰਮ ਨਹੀਂ ਆਈ ਮੈਨੂੰ ਕਦੇ ਮੇਰੇ ਭਤੀਜਿਆਂ ਨੇ ਨਹੀਂ ਕਿਹਾ ਕਦੇ ਭਾਈ ਨੇ ਨਹੀਂ ਕਿਹਾ ਚੰਬੜੀ ਹੋਈ ਸੁਖਪਾਲ ਹਾਂ ਪੂਆ ਉਰੇ ਆ ਨਹੀਂ ਇੱਧਰ ਕੀ ਕਰਦੀ ਐ ਆ ਕੱਪੜੇ ਜੇ ਪਾਉਂਦੀ ਪੂਆ ਫੇਰ ਪਾਈ ਕੱਪੜੇ ਪਹਿਲਾਂ ਪਾਣੀ ਦਾ ਗਲਾਸ ਲੈ ਕੇ ਦੇ ਠੀਕ ਐ ਪੂਆ ਨਾਲੇ ਮਾੜਾ ਜਿਹਾ ਗਰਮ ਕਰਕੇ ਲਿਆਈ ਚੰਗਾ ਪੂਆ ਮੌਸਮ ਜਿਹਾ ਖਰਾਬ ਐ ਅੱਜ ਠੀਕ ਐ ਨਹੀਂ ਆ ਖੜਕਾ ਜਿਹਾ ਕਾਹਦਾ ਹੋਈ ਜਾਂਦਾ ਗਰਮ ਪਾਣੀ ਲਿਆਉਂਦੀ ਪੂਆ ਪਤੀਲੇ ਚ ਲਿਆਵੇਂਗੀ ਦੀਨਾ ਨਹੀਂ ਤੈਨੂੰ ਅੰਦਰੋਂ ਲਿਆ ਗਰਮ ਪਾਣੀ ਕਰਕੇ ਨਾਲੇ ਪਿੱਤਲ ਦੇ ਤੁਸਕੇ ਚ ਲਿਆਈ ਲਿਆ ਦੇਣੀ ਪੂਆ ਲਿਆ ਦੇਣੀ ਆ ਪਹਿਲਾਂ ਨਹੀਂ ਪਤਾ ਹੁੰਦਾ ਆ ਕੀ ਲੱਗਿਆ ਨੀ ਪਾਣੀ ਹੈ ਇਹ ਕੋਈ ਨਾ ਪੂਆ ਮੈਂ ਹੋਰ ਲਿਆ ਦਿੰਦੀ ਹਾਂ ਜੇ ਪਹਿਲਾਂ ਹੀ ਸਾਫ਼ ਕਰਕੇ ਲਿਆਉਂਦੀ ਹੋਰ ਲਿਆ ਦਿੰਦੀ ਹਾਂ ਪਤਾ ਨਹੀਂ ਲੱਗਿਆ ਪੂਆ ਮੈਨੂੰ ਲੈ ਪੂਆ ਨੀ ਉਰੇ ਆ ਦਿੰਦਾ ਨਹੀਂ ਤੈਨੂੰ ਕੋਲੋਂ ਮੁੜ ਕੇ ਗਈ ਨਾਲ ਟੇਢੀ ਟੇਢੀ ਦੇਖਦੀ ਕੋਈ ਨਾ ਭੂਆ ਕੋਈ ਨਾ ਭੂਆ ਹਰੇ ਗੱਲ ਨੂੰ ਕਹਿੰਦਾ ਕਰ ਕੋਈ ਨਾ ਪਤਾ ਨਹੀਂ ਕਿੱਥੋਂ ਸਿੱਖੀ ਆ ਕੋਈ ਨਾ ਲਫ਼ਜ ਕਿੱਥੇ ਗਈ ਸੀ ਬੇਬੇ ਤੂੰ ਇੱਧਰ ਗਈ ਸੀ ਪੁੱਤਾਂ ਚੁੰਨੀ ਲੈ ਗਈ ਸੀ ਜੀਤੇ ਦੀ ਮਾਂ ਚੁੰਨੀ ਲੈਣ ਵੱਗ ਗਈ ਸੀ ਕੀ ਹੋ ਗਿਆ ਸੀ ਪੁੱਤਾਂ ਹੋਣਾ ਕੀਤੀ ਬੇਬੇ ਆ ਪੂਈ ਨਹੀਂ ਟਿਕਣ ਦੀ ਹੈਗੀ ਇੱਕ ਕੰਮ ਕਰਦੀ ਆ ਦੂਜੇ ਕੋ ਨਹੀਂ ਪਜਾਉਂਦੀ ਹੈ ਤੂੰ ਬਾਰੇ ਵਗ ਜਾਣੀ ਜੰਮੀ ਨਹੀਂ ਟਿਕਣ ਦੀ ਹੈਗੀ ਮੇਰੇ ਤੇ ਜਾਣੋ ਦੁੱਬਰ ਕਰ ਦਿੰਦੀ ਹੈ ਫੇ ਤਾਂ ਹੀ ਤਾਂ ਪੁੱਤੇ ਇਹ ਛੱਡੀ ਬੈਠੀ ਐ ਚਾ ਹੈਂਗੜੀ ਵੀ ਵਾਲੀ ਐ ਨਾ ਵਾਲੀ ਨਗੋਚਣਾ ਐ ਅਗਲੇ ਨੂੰ ਬਾਹਲਾ ਤਪਾਉਂਦੀ ਐ ਇਹ ਹੋਰ ਕਿਹੜਾ ਇਹਦੇ ਤੋੜਾ ਸੀ ਉੱਥੇ ਤਾਂ ਹੀ ਛੱਡੀ ਬੈਠੀ ਐ ਇਹ ਜਵਾਨ ਰੋਗ ਐ ਇਹਨੂੰ ਪੁੱਤ ਚਲ ਕੋਈ ਨਾ ਪੁੱਤ ਮੈਂ ਵੀ ਕੱਟੀ ਜਾਂਦੀ ਆ ਮੈਨੂੰ 25-30 ਸਾਲ ਹੋ ਗਏ ਇਹਦੇ ਨਾਲ ਕੱਟਦੀ ਨੂੰ ਬੇਬੇ ਕੱਟੀ ਤੇ ਜਾਂਦੀ ਐ ਕਰੀਏ ਕੀ ਹੁਣ ਚਲ ਕੋਈ ਨਹੀਂ ਪਤਾ ਨਹੀਂ ਕੋਈ ਚੁੰਨੀ ਪਾੜੂ ਪਤਾ ਨਹੀਂ ਨਾ ਬੇਬੇ ਚੁੰਨੀ ਪਾੜਨਾ ਕਿਹੜੀ ਗੱਲ ਤੂੰ ਕਿਹੜੀਆਂ ਗੱਲਾਂ ਕਰਦੀ ਐ ਇਹ ਤਾਂ ਮਾਰ ਕੇ ਮਰੂ ਸਭ ਨੂੰ ਪੁੱਤ ਇਹ ਤਾਂ ਪਤਾ ਹੀ ਨਹੀਂ ਹੁੰਦਾ ਨਾ ਬੇਬੇ ਮੈਂ ਤਾਂ ਨਹੀਂ ਕਹਿੰਦੀ ਇਹ ਆਪਾਂ ਤੋਂ ਪਹਿਲਾਂ ਮਰ ਜੂ ਆਪਾਂ ਨੂੰ ਮਾਰ ਕੇ ਮਰੂਗੀ ਚਲ ਕੋਈ ਨਾ ਪੁੱਤ ਸਵਾ ਹੀ ਐ ਇਹਦਾ ਅੱਗੇ ਕੋਈ ਰਹਿ ਚਲ ਠੀਕ ਐ ਬੇਬੇ ਮੈਂ ਤਾਂ ਬੀਬੀ ਖੜਾ ਲਈ ਉਹਨਾਂ ਨੇ ਇਹਨਾਂ ਦੇ ਗਈ ਸੀ ਚੁੰਨੀ ਲੈਣ ਗਈ ਹੋਰ ਚੁੰਨੀ ਲੈਣ ਵਾਗੀ ਸੀ ਮੇਰੀ ਵਾਗੀ ਚੁੰਨੀ ਲੈਣ ਮੈਨੂੰ ਤਾਂ ਕੋਈ ਖੜਾਉਂਦਾ ਨਹੀਂ ਉੱਥੇ ਕੱਲੀ ਲਾਗੀ ਬਸ ਆਈ ਐ ਲਾਗੀ ਗੱਲੀ ਉੱਥੇ ਕੀ ਕਰਦੀ ਫਿਰਦੀ ਐ ਇੱਥੇ ਪਾਲਾਂ ਪਾਉਂਦੀ ਫਿਰਦੀ ਐ ਚਾਹ ਦੀ ਕੁੱਟ ਕਰ ਬਣਾਉਣੀ ਆ ਭੂਆ ਬਣਾਉਣੀ ਆ ਭੂਆ ਜੇ ਜੀ ਕੋਕੋ ਹੈ ਜੇ ਬੱਚੇ ਇਹ ਵੀ ਤੇਰੇ ਵਰਗੀ ਹੋ ਗਈ ਪੱਗੀ ਰੋਟੀ ਹਾਂ ਹਾਂ ਬਣ ਗਈ ਰੋਟੀ ਤਾਂ ਬੰਨ ਦੇ ਫਿਰ ਖੇਤ ਵਾਲੇ ਤੇ ਬੰਨ ਹਾਂ ਬੰਦਨੀ ਮੈਂ ਖਾ ਕੇ ਬਗ ਜੂ ਲੇਟ ਹੀ ਕਰਤੀ ਅੱਜ ਸੇ ਕਾਹ ਬੰਦਿਆਂ ਦੀ ਐ ਲੇਟ ਤਾਂ ਹੋਣਾ ਹੀ ਸੀ ਪੁੱਤਾ ਆ ਤੇਰੀ ਭੂਆ ਤਾਂ ਪਾਈ ਜਾਂਦੇ ਕਦੇ ਵਿੱਖੀ ਚਾਹ ਮੰਗਦੀ ਕਦੇ ਵਿੱਕੀ ਮੰਗਦੀ ਐ ਉਹ ਤਾਂ ਐਂ ਕਰਦੀ ਐ ਫਿਰ ਸਾਨੂੰ ਪਤਾ ਰਹੇਗਾ ਹੋਰ ਬਾਟੀਆਂ ਹੀ ਪਾ ਦਾਂ ਫਿਰ ਵਿੱਚ ਨਾਲ ਹਾਂ ਪਾ ਦੀ ਕਾਹ ਬੰਦੇ ਨੇ ਚਾਰ ਨੇ ਕਾਦੀ ਸਬਜ਼ੀ ਕਾਦੀ ਐ ਚੱਪਣ ਕਦੋਂ ਦੀ ਸਬਜ਼ੀ ਤਾਂ ਉਹ ਤਾਂ ਪੱਕੇ ਜੇਤੀ ਕੱਲ ਤਾਂ ਨਾ ਪੁੱਤ ਪੱਕਿਆਂ ਦੀ ਤਾਂ ਵਧੀਆ ਬਣਦੀ ਆ ਸਬਜ਼ੀ ਭੁੰਨ ਕੇ ਬਣਾ ਲੈ ਮਾਰ ਕੇ ਤੜਕਾ ਪਾ ਕੇ ਅੱਛਾ ਚੱਲ ਦੇਖ ਲੈਨੇ ਖਾ ਕੇ ਫਿਰ ਹੋਰ ਵਧੀਆ ਬਣੀ ਆ ਆਪਾਂ ਤਾਂ ਸਾਰੇ ਖਾ ਲਾਂਗੇ ਪੁੱਤ ਤੇਰੀ ਭੂਆ ਨਹੀਂ ਖਾਂਦੀ ਚੱਪਣ ਕੱਦੂਆਂ ਦੀ ਸਬਜ਼ੀ ਚਲ ਉਹਨੂੰ ਕੁਝ ਹੋਰ ਬਣਾ ਹੋਰ ਇਹਨੂੰ ਤਾਂ ਕਾਸੇ ਦੀ ਹੋਰ ਬਣਾਉਣੀ ਪਊ ਨਖਰੇ ਵਾਲੇ ਕਰਦੀ ਆ ਚਲ ਕੋਈ ਨਾ ਆਈਆਂ ਸਵਾਈ ਆ ਉਹਦਾ ਕਿੱਧਰ ਵਾ ਗਈ ਹੁਣ ਭੂਆ ਅੰਦਰ ਹੀ ਬੈਠੀ ਆ ਧੋ ਲਓ ਫਿਰ ਹੱਥ ਤੁਸੀਂ ਖਾ ਲਓ ਰੋਟੀ ਖਾਣ ਨਾ ਲੈ ਭੈਣ ਲੱਡੂ ਮੂੰਹ ਮਿੱਠਾ ਕਰਾਵਾਂ ਤੁਹਾਡਾ ਕਾਹਦੇ ਨੇ ਭੈਣੇ ਭੈਣੇ ਮੇਰੇ ਮੁੰਡੇ ਨੇ ਕੋਠੀ ਲੈ ਲਈ ਸ਼ਹਿਰ 'ਚ
ਚੱਲ ਭੈਣੇ ਵਧਾਈਆਂ ਤੈਨੂੰ। ਵਧਾਈਆਂ ਭੈਣੇ ਤੁਹਾਨੂੰ ਵੀ। ਬਾਜਾ ਭੈਣੇ ਕਿਵੇਂ ਆ ਬੀਬੀ? ਹੁਣ ਦਿਸੀਆਂ ਤੈਨੂੰ? ਇੱਧਰ ਗੱਲੀ ਲੱਗ ਗਈ ਸੀ ਬੀਬੀ, ਇਹੀ ਜੀ ਤਾਂ ਕਿਹੜੀ ਗੱਲ ਹੈ? ਨਾ ਬੁਰੀ ਤਾਂ ਮੈਂ ਬਹੁਤ ਲੱਗਦੀ ਹੋਊਂਗੀ ਸਾਰਿਆਂ ਨੂੰ। ਨਾ ਭੈਣੇ ਗੁੱਸਾ ਨਾ ਕਰੀ, ਇਹ ਤਾਂ ਐਵੇਂ ਜੁੱਕਰੀ ਆ ਬੋਲ ਬਰਾਲਾ, ਪਤਾ ਹੀ ਆ। ਕੋਈ ਨਾ ਭੈਣੇ, ਹਾਂ ਗੁੱਸਾ ਨਾ ਕਰੀ, ਤਾਂ ਸਵਾਈ ਆਈ ਆ ਬੀਬੀ ਦਾ। ਚੱਲ ਤੇਰੇ ਵਰਗੀ ਕੀ ਕਰਨੀ ਹੈ, ਵਧਾਈਆਂ ਤੈਨੂੰ, ਕੋਠੀ ਤਾਂ ਮੇਰੇ ਭਤੀਜੇ ਨੇ ਲਈ ਹੈ। ਚੱਲ ਬੀਬੀ ਤੈਨੂੰ ਵੀ ਵਧਾਈਆਂ। ਹਾਂ ਬੇਬੇ, ਆ ਤੇ ਚਾਚੀ ਲੱਡੂ ਲਿਆਈ ਆ, ਪੁੱਤ ਲੱਡੂ ਲੈ ਜਾ ਲੈ। ਚਾਚੀ ਕਾਹਦੇ ਲੱਡੂ ਵੰਡੀ ਫਿਰਦੀ ਅੱਜ? ਮੇਰੇ ਮੁੰਡੇ ਨੇ ਕੋਠੀ ਲੈ ਲਈ ਸ਼ਹਿਰ 'ਚ। ਅੱਛਾ, ਵਧਾਈਆਂ ਚਾਚੀ ਤੈਨੂੰ। ਹੋਰ ਠੀਕ ਆ? ਮੈਂ ਤੁਹਾਨੂੰ ਵੀ ਵਧਾਵੇ। ਇਹਦਾ ਕੱਲੀ ਦਾ ਹੀ ਮੁੰਡਾ ਹੈ, ਕਿਸੇ ਨੂੰ ਨਹੀਂ ਕਹਿੰਦੀ ਤੇਰੇ ਭਤੀਜੇ ਨੇ ਲਈ ਹੈ, ਕਿਸੇ ਨੂੰ ਨਹੀਂ ਕਹਿੰਦੀ ਤੇਰੇ ਦਿਓਰ ਨੇ ਲਈ ਹੈ, ਕੋਠੀ ਲੈ ਲਈ ਮੇਰੇ ਮੁੰਡੇ ਨੇ ਸ਼ਹਿਰ 'ਚ। ਚੱਲ ਬੀਬੀ ਹੁਣ ਛੱਡ ਦੇ ਗੁੱਸਾ। ਲੈ ਗੁੱਸੇ ਨੂੰ ਲਿਆਈਆਂ ਤੂੰ ਮੇਰੇ ਵਾਸਤੇ ਸਪੈਸ਼ਲ ਡੱਬਾ। ਚੱਲ ਭੈਣੇ ਗੁੱਸਾ ਨਾ ਕਰੀ, ਬੀਬੀ ਦਾ ਤਾਂ ਸੁਭਾਅ ਆ ਹੀ ਬੋਲਦੀ ਹੈ ਤਾਂ। ਚੱਲ ਕੋਈ ਨਹੀਂ, ਅਸੀਂ ਤਾਂ ਹੀ ਹੱਸੀ ਜਾਂਦੇ ਆਂ ਹੀ। ਚੱਲ ਕੋਈ ਨਾ ਚਾਚੀ, ਮੈਂ ਚਾਹ ਬਣਾ ਕੇ ਲਿਆਉਂ, ਠੰਡੀਆਂ ਹੋ ਤੁਸੀਂ, ਕੋਈ ਨਾ। ਹੋਰ ਚਾਚੀ ਕਾਦੇ ਲੱਡੂ ਵੰਡਦੇ ਫਿਰਦੇ? ਮੇਰੇ ਮੁੰਡੇ ਨੇ ਕੋਠੀ ਲੈ ਲਈ ਪੁੱਤ। ਬੱਬੀ ਨੇ? ਹਾਂ। ਅੱਛਾ, ਚੱਲ ਵਧੀਆ, ਵਧਾਈਆਂ ਤੁਹਾਨੂੰ। ਵਧਾਈਆਂ ਪੁੱਤ ਸੋਨੂੰ ਵੀ, ਸ਼ਹਿਰ 'ਚ ਰਹਿਣ ਲੱਗੂਗਾ। ਅੱਛਾ, ਫਿਰ ਤੁਸੀਂ ਵੀ ਉੱਥੇ ਰਹੋਗੇ? ਨਾ ਭੀ, ਮੈਂ ਤਾਂ ਕਹਿਤਾ ਵੀ ਮੇਰਾ ਨਹੀਂ ਜੀ ਲੱਗਦਾ ਉੱਥੇ, ਇਹੀ ਜਾਣਗੇ ਦੋਨੇ ਕਿ ਮੈਂ ਤਾਂ ਉਰੀ ਰਹੂੰਗੀ। ਠੀਕ ਹੈ ਫਿਰ, ਵਧੀਆ ਕਰਿਆ। ਹਾਂ, ਕਿੰਨੇ ਦੀ ਲਈ ਹੈਗੀ ਚਾਚੀ? ਫਿਰ 42 ਰੱਖ ਦੀ ਕਹਿੰਦੇ ਨੇ ਪੁੱਤ। ਅੱਛਾ, ਵਧੀਆ ਹੋਊ ਫਿਰ ਕੋਠੀ? ਹਾਂ ਵਧੀਆ ਹੈਗੀ। ਮੰਗਿਆਈ ਹੈ ਭੈਣੇ, ਪਾਉਣ ਨਾਲਾਂ ਤੋਂ ਵਧੀਆ ਹੈ ਪਾਈ ਪਵਾਈ ਲੈ ਲਈ। ਹਾਂ ਹੋਰ, ਮੰਗਿਆਈ ਬਹੁਤ ਹੈ ਹੁਣ। ਹੋਰ, ਇਹਨੂੰ ਕਿਉਂ ਨਹੀਂ ਲਿਜਾਂਦਾ ਮੁੰਡਾ? ਤੇਰੀ ਚਾਚੀ ਦਾ ਸੁਭਾਅ ਤਾਂ ਦੇਖ ਲਓ ਕਿਹੋ ਜਿਹਾ, ਤੇਰੀ ਮਾਂ ਵਰਗਾ ਸੁਭਾਅ ਨਹੀਂ ਹੈਗਾ, ਇਹ ਤਾਂ ਨਰਮ ਹੈ, ਜਿੱਥੇ ਵਹਿ ਜਾਂਦੀ ਹੈ ਇਹ ਤਾਂ ਮੁੱਟਕੀ ਮਾਰ ਕੇ ਉੱਥੇ ਵਹਿ ਜਾਂਦੀ ਹੈ। ਇਹ ਤਾਂ ਉਹਦੇ ਅੱਗ ਲਾਤੀ, ਉਹਦੇ ਉਂਗਲ ਲਾਤੀ, ਉਹਦੇ ਫਿਰ ਉੱਥੇ ਇਹ ਕੰਮ ਕੌਣ ਕਰੂਗਾ? ਛੱਡ ਦੇ ਬੀਬੀ ਖੇੜਾ ਮੇਰਾ, ਮੈਥੋਂ ਗਲਤੀ ਹੋ ਗਈ ਜਿਹੜਾ ਮੈਂ ਤੈਨੂੰ ਨਹੀਂ ਬੁਲਾਇਆ। ਊਂ ਐ ਤੈਨੂੰ ਅਹਿਸਾਸ ਤਾਂ ਹੋ ਗਿਆ ਗਲਤੀ ਦਾ, ਵੀ ਪਹਿਲਾਂ ਮੈਨੂੰ ਬੁਲਾਉਣ ਦਾ ਹੱਕ ਹੈ ਕਿ ਇਹਨੂੰ? ਕੋਈ ਮੈਂ ਊਂ ਹੀ ਨਹੀਂ ਬੈਠੀ। ਹਾਂ ਚੱਲ ਕੋਈ ਨਹੀਂ ਭੈਣੇ, ਗੁੱਸਾ ਨਾ ਕਰੀ। ਨਾ ਗੁੱਸਾ ਤਾਂ ਮੈਂ ਕਾਹਨੂੰ ਕਰਦੀ ਹਾਂ, ਇਹਦਾ ਤਾਂ ਗੁੱਸਾ ਕੋਈ ਵੀ ਨਹੀਂ ਕਰਦਾ। ਹੋਰ ਚਾਚੀ, ਕੋਈ ਵੀ ਨਹੀਂ ਕਰਦਾ? ਜਵਾਕਾਂ ਕਰਕੇ ਫਿਰਦੇ ਹਾਂ ਭਾਈ, ਜਵਾਕਾਂ ਕਰਕੇ ਲਈ ਆ ਉੱਥੇ, ਵੀ ਉਹਨਾਂ ਦੀ ਪੜ੍ਹਾਈ ਵਧੀਆ ਹੋ ਜਾ ਕਰੂਗੀ, ਨਾਲੇ ਚੱਲ ਥਾਂ ਬਣ ਗਈ। ਇਹ ਤਾਂ ਗੱਲ ਠੀਕ ਹੈ, ਜਵਾਕਾਂ ਦਾ ਤਾਂ ਖੈਰ ਸੌਖਾ ਹੋ ਜਾਂਦਾ ਪੜ੍ਹਨਾ। ਇਹ ਤਾਂ ਹੈਗੀ, ਸ਼ਹਿਰ 'ਚ ਕਿਹੜਾ ਥਾਂ ਸੌਖੀ ਮਿਲ ਜਾਂਦੀ ਹੈ? ਸੌਖੀ ਨੂੰ ਕੀ ਹੈ, ਬਬਲੀ ਸਰਪੰਚ ਦੀ ਪਈ ਹੈ ਕੋਠੀ, ਬਕਿਆਊ ਹੈਗੀ ਉਹ, 45 ਲੱਖ ਲੱਗ ਗਿਆ, 50 ਮੰਗਦੇ ਨੇ। ਲੈਣੀ ਹੈ ਤਾਂ ਗੱਲ ਕਰੋ, ਮੈਂ ਬੱਬੀ ਨੂੰ ਕਹਿ ਦੂੰਗੀ, ਦਵਾ ਦੂੰਗਾ। ਚਾਚੀ ਤੁਸੀਂ ਕਿੰਨੇ ਲੈਤੀ ਹੈ? ਤੈਂ ਪੁੱਛ ਕੇ ਕੀ ਲੈਣਾ, ਆਪਾਂ ਕਿਹੜਾ ਲੈਣੀ ਹੈ? ਲਓ ਚਾਚੀ ਚਾਹ। ਮੈਂ ਤਾਂ ਮੁਰਲੀ ਪੁੱਛ ਦਿੱਤੀ, ਮੇਰੇ ਪੁੱਛਣ ਨਾਲ ਕਿਹੜਾ ਮੁੱਲ ਘੱਟ ਜੂਗਾ? 42 ਲੱਖ ਦੀ ਲਈ ਆ ਭਾਈ, ਗੱਟਾ ਨੋਟਾਂ ਦਾ ਦਿੱਤਾ। ਕੋਈ ਨੀ, ਬੱਬੀ ਤਾਂ ਬਾਅਦ ਚ ਵਗ ਜੂਗਾ, ਪਹਿਲਾਂ ਇਹਨੂੰ ਭੇਜ। ਉਹ ਸਵੇਰੇ ਮੈਂ ਕਿਹਾ ਮੈਂ ਆਪਣੇ ਮੈਸਾਂ ਨਵਾ ਦੇ, ਮੈਸਾਂ ਤਾਂ ਨਵਾਈਆਂ ਨੀ ਗਈਆਂ, ਕੰਨੇ ਦੇ ਚੜ ਗਈ ਆ ਕੇ। ਲੈ ਆ ਵੀ ਲੈ ਜਾ। ਖੜੇ ਬੈਠਾ ਵੀ ਨਹੀਂ ਦੇਖਦੀ ਹੈਗੀ ਪੁੱਤੋ, ਗਾਂ ਅੰਦਰ ਬੰਦੇ ਤੂੰ ਪਾਰੀ ਉਹਨੂੰ ਬੰਦੀ ਆ ਬੇਬੇ। ਮੈਂ ਬੰਦਾ ਨਾ ਬੰਦੇ ਹੋ ਤੁਸੀਂ? ਮੈਂ ਪਾਥੀਆਂ ਦਾ ਬੱਠਾ ਭਰ ਲਿਆ। ਚੰਗਾ ਭੈਣੇ, ਚੱਲਦੀ ਆ, ਦੋ ਕੁ ਪਾਤੇ ਧਣੀਆਂ ਦੇ ਲਿਆਨੀ ਆ। ਚੰਗਾ ਲੈ ਜਾ, ਦੇ ਤੂੰ ਪਾਲ ਤੋੜ ਕੇ ਤੇਰੇ ਵਾਸਤੇ ਪੱਕਿਆ ਪਿਆ ਬਲਾਈ ਹੈ। ਸੁਪਾਲ ਮੇਰੀ ਗੱਲ ਸੁਣੀ, ਤੇਰੀ ਭੂਆ ਤਾਂ ਬੇਇੱਜ਼ਤੀ ਜੀ ਕਰ ਦਿੰਦੀ ਅਗਲੇ ਦੀ। ਪੁੱਛਣਾ ਚਾਚੀ ਕੀ ਦੱਸਾਂ ਤੈਨੂੰ ਭੂਆ ਬਾਰੇ 'ਚ, ਭੂਆ ਤਾਂ ਨਾ ਖੜਾ ਦੇਖੇ ਨਾ ਬੈਠਾ ਦੇਖੇ, ਐਂ ਕਰਦੀ ਹੈ ਬੇਇੱਜ਼ਤੀ, ਤਾਂ ਸਾਰਾ ਦਿਨ ਮੈਨੂੰ ਨਹੀਂ ਟਿਕਣ ਦੀ ਹੈਗੀ। ਲੈ ਕੁੜੇ, ਤੇਰੀ ਸੱਸ ਤਾਂ ਤੈਨੂੰ ਕੁਛ ਕਹਿੰਦੀ ਨਹੀਂ, ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਕੌਣ ਆ ਟੋਕ ਟਕਾਈ ਕਰਨ ਵਾਲੀ। ਨਹੀਂ ਮੈਂ ਤਾਂ ਐਂ ਕਹਿੰਦੀ ਹਾਂ, ਸੁਖਪਾਲ ਤੁਸੀਂ ਵੀ ਸ਼ਹਿਰ 'ਚ ਕੋਠੀ ਲੈ ਲਓ ਉੱਥੇ ਬੱਬੀ ਕੋਲੇ, ਨਾਲੇ ਤਾਂ ਕੰਮਾਂ ਤੋਂ ਖਹਿੜਾ ਛੁੱਟ ਜੂ ਤੇਰਾ, ਨਾਲੇ ਆ ਭੂਆ ਤੋਂ ਛੁੱਟ ਜੂ ਖਹਿੜਾ, ਦੇਣ ਕਿੱਥੋਂ ਆਈ ਹੈ। ਗੱਲ ਤਾਂ ਤੇਰੀ ਠੀਕ ਹੈ ਚਾਚੀ, ਹੁਣ ਤਾਂ ਭੂਆ ਤੋਂ ਵੀ ਖੜਾ ਛੁੱਟ ਜੂ, ਪਰ ਜੱਸੇ ਨੇ ਨਹੀਂ ਮੰਨਣਾ। ਨਹੀਂ ਮੰਨ ਜੂਗਾ? ਨਾ ਚਾਚੀ, ਮੈਂ ਤਾਂ ਨਹੀਂ ਕਹਿੰਦੀ ਮੰਨ ਜੂ। ਨਾਲੇ ਤਾਂ ਤੇਰੇ ਜਵਾਕ ਫੜ ਜਾਣਗੇ ਸੁਪਾਲ, ਨਾਲੇ ਆ ਭੂਆ ਮੂਹਰੇ ਨੇ ਗੋਲਾ ਧੰਦਾ ਕਰਨਾ ਪਊ ਤੈਨੂੰ, ਤੇਰਾ ਖਹਿੜਾ ਛੁੱਟ ਜੂ। ਗੱਲ ਤਾਂ ਤੇਰੀ ਸਹੀ ਹੈ ਚਾਚੀ, ਨਹੀਂ ਚਾਚੀ ਉਹ ਖੜੀ ਹੈ ਤਾਂ ਪੜਾ ਧਨੀਆਂ ਤੋੜਦਾ ਥੋੜ੍ਹਾ ਜਾ, ਬਸ ਬਸ ਬਹੁਤ ਹੈ, ਕਿਤੇ ਗੜ ਨਾ ਪਈ ਕਿ ਪਤਾ ਨਹੀਂ ਚਾਚੀ, ਇਹਦਾ ਕੋਈ ਦੁਆਰ ਨਹੀਂ ਹੈਗਾ। ਚੰਗਾ ਸੁਪਾਲ। ਚੰਗਾ ਚਾਚੀ, ਚੰਗਾ।
ਕਿਹੜੇ ਵੇਲਿਆਂ ਦੀ ਬਾਹਰ ਆਈ ਹੋਈ ਹੈ? ਹੁਣ ਤਾਂ ਪਾਉਣੀਆਂ ਸੀ ਬਾਥੀਆਂ ਤੇ, ਕਦੋਂ ਦੀ ਬੈਠੀ ਹੈ ਤੂੰ ਉੱਥੇ ਮੂੰਹ ਚੱਕੀ? ਗੱਲਾਂ ਦੀ ਗਲਾਕੜ दरबार साहब अमृतसर जाए आनंदपुर साहब कहीं सारे पास दर्शन कर आवे हूं आ जब हो गया मिस्त्री को टाइम है जमीन टाइम नहीं होंगे उदो मैं तो सानू ए कहनी हाँ क्यों खेती चप्पी जाने हो आप तो मानसा रहन लग जाने खेती तो पंगी ना लो तुम कोठी ले लागे मानसा वो बकाऊ तो है सरपंचा की कोठी बबली कही चाची कहते उदे कहती तो हैगी दी हूँ आप करा बबी की तो नौकरी हैगी रहा उ बनी बनाई कोठी मिलती है सब कुछ कराया कराया मिलता है बैड बुड ही फिटने बिच मैं तो कहने ले लो की मंगते हो रो नहीं अपना नहीं ठीक आ यार अपना काम कौन करूगा ले उरे काम करना होना फिर ठेके दे देंगे जमीन अपनी जवाक भी तो पढ़ाने ने होना जवाक खरे भी खरे सोचो नहीं लौटाना ऐ नहीं लौटाना पिंड च नहीं जवाक लौटाउंदे फिर पढ़ाई होए देख लो भाई तुसी आपदी राय कर लो दोने जी मैनू तो लगदा ऐ तन ठीक आउणा अपना ठीक आउण दा की ऐ बेबे होर खफर खोई जाने आ सारां च बणदा नहीं पुत अपना कुछ कुछ नहीं होंगे बेबे मुलाजम तो वधिया रहा करांगे ले मुलाजमां दी कोई जे मुलाजम है नहीं हुण मुलाजम दी रीस नहीं करनी अपने पैसे भी बहुत ने पैसे भी बहुत ने और पैसे तो बोरी रुपया दी चाहिदी है और और ना बेबे हुण जे कोठी टॉप दी अगले दी पैसे लगणगे ओते चल चाह बना ले घुटक बनाउनी आ तू पीएंगे भैया ना पुत मैं नहीं पीऊंगी ਪੂਆ ਨੂੰ ਪੁੱਛਿਆ ਬਾਰੇ ਬੈਠੀ ਹੈ ਕੋਈ ਨਾ ਪੁੱਛਦੀ ਆ ਨਿਸ਼ਕਪਾਲ ਆ ਤੇਰੇ ਚਾਚੀ ਦਾ ਭਾਂਡਾ ਫੜਾਇਆ ਪੁੱਤ ਬਾਟੀ ਤੇ ਪੋਣਾ ਉਹਦੇ ਲੱਡੂ ਫੜਾ ਕੇ ਗਈ ਸੀ ਬੇਬੇ ਤੂੰ ਫੜਾਇਆ ਹੁੰਦੀ ਮੈਂ ਤਾਂ ਪ੍ਰੈਸ ਕਰਦੀ ਤੀ ਮੈਂ ਐਂ ਕਹਿੰਦੀ ਪੁੱਤ ਮੈਂ ਕਿੱਥੇ ਜਾਊਂਗੀ ਮੈਂ ਕਿਹਾ ਮੈਨੂੰ ਚਿਰ ਲਵਾ ਦਿੰਦੀ ਤੂੰ ਫੜਾਇਆ ਕੋਈ ਨਾ ਬੇਬੇ 20 ਵਾਰੀ ਆਊਗੀ ਲੰਘਦੀ ਰੱਬ ਦੀ ਫੇਰ ਫੜਾ ਦਾਂਗੇ ਕਿਉਂ ਮੇਰਾ ਕੰਮ ਛਡਾਉਂਦੀ ਮੈਨੂੰ ਕੰਮ ਕਰ ਲੈਂਦੀ ਪ੍ਰੈਸ ਕਰੀ ਜਾਂਦੀ ਫੜਾਇਆ ਹੁੰਦੀ ਪੁੱਤ ਉਹਦਾ ਮਾਜਨਾ ਹੈ ਨਹੀਂ ਚਿੜੀ ਦੇ ਬੱਚੇ ਦੀ ਨਾ ਤਾਂ ਉਹਦਾ ਦਿਲ ਹੈ ਕਹੂਗੀ ਮੇਰਾ ਭਾਂਡਾ ਨਹੀਂ ਫੜਾਇਆ ਲੈ ਚੰਗਾ ਬੇਬੇ ਫੜਾਇਆ ਨਹੀਂ ਚਲਾ ਲੈ ਪੁੱਤ ਲੈ ਜਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਵੱਡੇ ਹੋਏ ਨੇ ਕਰ ਕਰ ਫੇਰੀ ਜਾਂਦੀ ਆ ਉਹਨੂੰ ਦਰ ਦਰ ਫਿਰਦੀ ਨੂੰ ਗਈ ਹਾਸੇ ਪੈਂਦੀ ਧੀ ਗਈ ਬੇਸ਼ਰਮ ਹੋ ਰਹੀ ਆ ਤੂੰ ਤਾਂ ਤੋਰ ਤੀ ਚੱਕ ਕੇ ਠੂਠਾ ਕੋਈ ਨਾ ਬੀਬੀ ਮੇਰੇ ਗੋਡੇ ਦੁਖਦੇ ਨੇ ਮੈਥੋਂ ਤੁਰਿਆ ਨਹੀਂ ਆਂਦਾ ਹੁਣ ਇਹਨੂੰ ਕਾਇ ਸਾਲ ਹੋ ਗਿਆ ਈ ਨੂੰ ਜੇ ਕਿਸੇ ਦੇ ਆਉਣ ਜਾਣ ਸਿੱਖੂਗੀ ਫੇਰ ਹੀ ਵਰਤੂਗੀ ਕਿਸੇ ਨਾਲ ਜਾਣ ਆਉਣ ਦੀ ਬਥੇਰੀ ਉਮਰ ਪਈ ਐ ਇਹਦੀ ਜਦੋਂ ਆਪਾਂ ਦੋ ਬੈਠੀਆਂ ਇਹਨੂੰ ਕਰ ਕਰ ਫੇਰਨ ਦੀ ਕਿਹੜੀ ਲੋੜ ਹੈ ਤੈਨੂੰ ਕੋਈ ਨਾ ਬੀਬੀ ਕੋਈ ਗੱਲ ਨਹੀਂ ਜੇ ਬਾਗੀ ਕੀ ਹੋ ਗਿਆ ਮਾਏ ਭੇਜੀ ਐ ਉਹ ਕਿਹੜਾ ਆਪ ਤਾਂ ਜਾਂਦੀ ਐ ਆਪ ਤਾਂ ਵਿਚਾਰੀ ਜਾਂਦੀ ਨਹੀਂ ਦੇਖ ਤੂੰ ਵੀ ਦੇਖਦੀ ਐ ਕਿੱਦਾਂ ਦੀ ਕਿਵੇਂ ਮਰਜ਼ੀ ਕਰੋ ਭੌਂਕਦੀਆਂ ਫਿਰੋ ਤੈਂ ਕਿਹੜਾ ਕਿਸੇ ਕੰਜਰ ਦੀ ਮੰਨਣੀ ਐ ਮੰਨਣੀ ਤਾਂ ਉਸੇ ਦੀ ਐ ਚੱਲ ਕੋਈ ਨਾ ਚਾਚੀ ਕਰੀਓ ਮੈਂ ਕਿਤੇ ਕਰੇ ਨਾ ਹੋਵੇ ਹਾਂ ਹਾਂ ਸੁਪਾਲ ਕਰੀਆਂ ਆ ਜਾ ਰਾਣੀ ਆ ਰਹੀ ਹੈ ਹਾਂ ਭੈਣੇ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋ ਠੀਕ ਆ ਠੀਕ ਠਾਕ ਤੂੰ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਪੁੱਤ ਮੈਂ ਤਾਂ ਬਾਟੀ ਜੀ ਫੜਾਇਆ ਬੇਬੇ ਕਿਹਦੀ ਚਾਚੀ ਕੀ ਤੇਰੀ ਕੀ ਚੱਲ ਵਧੀਆ ਕਰਿਆ ਹੋਰ ਠੀਕ ਆ ਚਾਚੀ ਹਾਂ ਠੀਕ ਠਾਕ ਤੂੰ ਸੁਣਾ ਸੁਪਾਲ ਠੀਕ ਹੈ ਚਾਚੀ ਠੀਕ ਆ ਵਧੀਆ ਚੱਲ ਵਧੀਆ ਕਰਿਆ ਪੁੱਤ ਚੱਲ ਭਾਂਡਾ ਫੜਾਉਣ ਦੇ ਬਹਾਨੇ ਆ ਗਈ ਪੁੱਛਣਾ ਚਾਚੀ ਮੈਂ ਤਾਂ ਬੜੀ ਔਖੀ ਆਈ ਆ ਕੀ ਗੱਲ ਕੁੜੇ ਉਹ ਭੂਆ ਨਹੀਂ ਬੈਠੀ ਜਿਹੜੀ ਘਰੇ ਮੈਨੂੰ ਰੋਕਣ ਵਾਲੀ 100-100 ਪਾਠ ਪੜਾਉਂਦੀ ਮੇਰੇ ਸੱਸ ਨੂੰ ਕੀ ਮਤਲਬ ਜਦ ਮੈਂ ਆਉਂਦੀ ਤੁਹਾਡੇ ਮੇਰੀ ਸੱਸ ਨੂੰ ਕਹਿੰਦੀ ਐਵੇਂ ਨਾ ਲੋਕਾਂ ਦੇ ਘਰ ਘਰ ਫਿਰਨ ਦੀ ਆਦਤ ਪਾ ਤੂੰ ਹੀ ਔਖੀ ਹੋਵੇਂਗੀ ਮੈਂ ਤਾਂ ਹਜੇ ਵੀ ਕਹਿੰਦੀ ਹਾਂ ਤੈਨੂੰ ਮੇਰੀ ਗੱਲ 'ਤੇ ਗੌਰ ਕਰ ਲੈ ਜੇ ਖੇੜਾ ਛਡਾਉਣਾ ਹੈ ਤੋਂ ਚੁੱਪ ਕਰਕੇ ਮਾਨਸਾ ਰਹਿਣ ਲੱਗ ਜਾਓ ਨਾ ਕਿਸੇ ਦੀ ਹੈ ਨਾ ਖੈ ਗੱਲ ਤਾਂ ਤੇਰੀ ਸਹੀ ਹੈ ਚਾਚੀ ਪਰ ਮੈਂ ਇਕੱਲੀ ਵੀ ਕੀ ਕਰਾਂ ਜੇ ਜਾਣ ਵਾਲਾ ਮੰਨੇ ਫੇਰ ਹੀ ਹੈ ਚਾਚੀ ਇਹ ਤਾਂ ਹੋਰ ਹੀ ਬੰਦੇ ਹੁੰਦੇ ਨੇ ਜਿਹੜੇ ਤੀਵੀਆਂ ਮਗਰ ਲੱਗਦੇ ਨੇ ਮੇਰਾ ਬੰਦਾ ਤਾਂ ਪਿੰਡ ਦਾ ਖੇੜਾ ਨਹੀਂ ਛੱਡਦਾ ਨਹੀਂ ਤੂੰ ਮੇਰੀ ਗੱਲ ਸੁਣ ਅੱਜ ਕੱਲ੍ਹ ਬੁੜੀਆਂ ਨੂੰ ਬੰਦੇ ਬਣਾਉਣੇ ਕੀ ਔਖੇ ਨੇ ਉਹ ਕਿਵੇਂ ਚਾਚੀ ਕਿਵੇਂ ਕੀ ਹਿੰਡ ਘਰ ਲੈ ਬਸ ਜਵਾਕਾਂ ਵਾਂਗੂ ਆਪੇ ਲੈ ਕੇ ਜਾਊ ਕਹੀ ਜਾਇਆ ਕਰ ਕਹੀ ਜਾਇਆ ਕਰ ਜਿੱਦ ਫੜੀ ਰੱਖੀ ਆਪੇ ਲੈ ਕੇ ਜਾਊ ਬੇਬੇ ਕੀ ਗੱਲ ਹੋ ਗਈ ਪੁੱਤ ਗੱਲ ਕੀ ਹੋਣੀ ਸੀ ਇਹ ਤਾਂ ਤੁਹਾਡੇ ਵਾਂਗੂ ਸ਼ਹਿਰ 'ਚ ਰਹਿਣਾ ਚਾਹੁੰਦੀ ਹੈ ਵਧੀਆ ਫਿਰ ਤਾਂ ਸੁਖਪਾਲ ਹੁਣ ਅਸੀਂ ਰਹਿਣੇ ਉੱਥੇ ਮੌਜ ਕਰਦੇ ਹਾਂ
ਰਾਹ ਜੀ ਫਿਰਦਾ ਰਹਿੰਦਾ ਸੀ ਅੱਗੇ ਬੱਬੀ ਤੇਲ ਹੀ ਨਹੀਂ ਪੂਰਾ ਹੁੰਦਾ ਸੀ ਪਾਲ ਸਾਰਾ ਕੁਛ ਹੁੰਦਾ ਸ਼ਹਿਰ 'ਚ ਵਧੀਆ ਮੌਜ ਕਰਦੇ ਹਾਂ ਅਸੀਂ ਤਾਂ ਨਾਲ ਤਥਨੇ ਜੇ ਘੁੰਮਣ ਵਗ ਜਾਂਦੇ ਨੇ ਸਬਜ਼ੀ ਹੁੰਦੀ ਆ ਸਸਤੀ ਉਹ ਲਿਆਉਣਾ ਇੱਥੋਂ ਜਾਂਦੀਆਂ ਤੇ ਤੇਲ ਫੂਕ ਕੇ ਕਿਰਾਏ ਲਾ ਕੇ ਬੱਸਾਂ 'ਤੇ ਜਦੋਂ ਕੱਪੜਾ ਰੀੜਾ ਲਿਆਉਣਾ ਸੀ ਹੁਣ ਮਾਂ ਵਜੇ ਜਦੋਂ ਮਰਜ਼ੀ ਸੂਟ ਫੜਵਾ ਲਿਆ ਹੈਂ ਹਾਂ ਰਾਮਦਾਰੀ ਕਰੇਂਗੀ ਮਨਾ ਲੈ ਜੱਸੇ ਨੂੰ ਚੱਲ ਮੈਂ ਪੁੱਛਦੀ ਹਾਂ ਮੇਰੇ ਬੇਬੇ ਨੇ ਜਾ ਕੇ ਗੱਲ ਕਰਦੀ ਹਾਂ ਆਪੇ ਜੱਸੇ ਨੂੰ ਕਹਿ ਦੂਗੀ ਚੱਲ ਚਾਚੀ ਤੇਰੀ ਗੱਲ ਵੀ ਸੱਚੀ ਹੋਇਆ ਮੈਂ ਜਿੱਦੀ ਕਰੂੰਗੀ ਹੁਣ ਜਿੱਦ ਕਰ ਲੈ ਜੱਸੇ ਕੋਲੇ ਠੀਕ ਇਹ ਤਾਂ ਜਾਣੇ ਮਾਂ ਠੀਕ ਹੈ ਜਾਨੀ ਹੈ ਭਣੇ ਮੈਂ ਸਾਡਾ ਨਾਂ ਨਾ ਲੈਦੀ ਨਾ ਨਾ ਤੇਰਾ ਨਾ 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 ਤੁਹਾਡਾ ਨਾਂ ਲੈਂਦੀ ਮੈਂ ਬੇਬੇ ਆਪਣੇ ਤਾਂ ਲੱਗ ਗਏ ਪੈਸੇ ਫਸ ਗਏ ਇਹਨਾਂ ਦੇ ਵੀ ਲਵਾਈਏ ਆਪਾਂ ਫਸਾਉਣਗੇ ਆਪੀ ਪੈਸੇ 50-60 ਲੱਖ ਦੇ ਥੱਲੇ ਆਉਣਗੇ ਹੈਗੀ ਤਾਂ ਸੁਖਪਾਲ ਜਿੱਦਣ ਹੈ ਜਿਹੜੇ ਹਿਸਾਬ ਨਾਲ ਆਪਾਂ ਸੁਖਪਾਲ ਨੂੰ ਲੁੱਤੀ ਲਈ ਉਹ ਹਿਸਾਬ ਨਾਲ ਤਾਂ ਲੱਗਦਾ ਵੀ ਜੱਸੇ ਨੇ ਤੇ ਬੇਬੇ ਨੂੰ ਆਪਦੀ ਨੂੰ ਮਨਾ ਲੂ ਸੁਖਪਾਲ ਪਰ ਭੂਆ ਦਾ ਨਹੀਂ ਪਤਾ ਵੀ ਭੂਆ ਇਹਨਾਂ ਦੇ ਪੈਸੇ ਲੱਗਣ ਦੇਊਗੀ ਕਿ ਨਾ ਹਜੇ ਤੁਸੀਂ ਮਹੀਨਾ 2 ਮਹੀਨੇ ਖੜੋ ਹਜੇ ਨਾ ਸਮਾਨ ਚੱਕ ਕੇ ਲਿਆਇਓ ਇਤਨੇ ਨੂੰ ਸੁਖਪਾਲ ਮਨਾ ਲੂ ਜੱਸੇ ਨੂੰ ਨਾ ਹਜੇ ਲੱਗਣ ਦੇ ਇਹਨਾਂ ਦੇ ਪੈਸੇ ਆਪਾਂ ਹਜੇ ਕਾਹਨੂੰ ਲਿਆਉਣੇ ਆ ਹਾਂ ਸੁਖਪਾਲ ਉਰੇ ਆ ਪੁੱਤ ਫੜਾਇਆ ਹੀ ਬੰਡਾ ਹਾਂ ਬੇਬੇ ਫੜਾਇਆ ਹੀ ਹੈਗੀ ਤੀ ਤੇਰੇ ਚਾਚੀ ਘਰੇ ਹਾਂ ਹਾਂ ਹੈਗੀ ਤੀ ਅੱਛਾ ਤੇਰੀ ਚਾਚੀ ਬੋਲੀ ਨਹੀਂ ਪੁੱਤ ਕੁਛ ਨਾ ਬੇਬੇ ਚਾਚੀ ਤਾਂ ਕੁਛ ਨਹੀਂ ਬੋਲੀ ਉਹਦੀ ਨੂੰ ਵੀ ਆ ਰਹੀ ਤੀ ਰਾਣੀ ਮਾਨਸਾ ਤੋਂ ਅੱਛਾ ਹਾਂ ਰਾਣੀ ਗੱਲਾਂ ਕਰਦੀ ਤੀ ਕਈ ਸ਼ਹਿਰ ਤਾਂ ਵਧੀਆ ਮੌਜਾਂ ਕਰਦੇ ਤੁਸੀਂ ਵੀ ਸਾਡੇ ਕੋਲੇ ਆ ਜਾਓ ਅੱਛਾ ਸੱਚ ਬੇਬੇ ਰਾਣੀ ਕਹਿੰਦੀ ਕਹੀਂ ਦੇਖ ਲਓ ਜੇ ਕੋਠੀ ਲੈਣੀ ਤੁਸੀਂ ਨਹੀਂ ਲੈ ਲਓ ਕੁਛ ਨਹੀਂ ਹੁੰਦਾ ਹੈਗਾ ਜਵਾਖਾਂ ਨੂੰ ਪੜਾ ਲਓ ਵਧੀਆ ਜਵਾਖਾਂ ਦਾ ਭਵਿੱਖ ਵਧੀਆ ਬਣ ਜੂਗਾ ਦੇਖ ਲਓ ਭਾਈ ਤੁਹਾਡੀ ਮਰਜ਼ੀ ਹੈ ਮੈਂ ਤਾਂ ਨਹੀਂ ਸ਼ਹਿਰ 'ਚ ਜਾਣਾ ਪੁੱਤ ਐਡਾ ਘਰ ਪਿਆ ਮੈਂ ਤਾਂ ਉਰੀ ਰਹੂੰਗੀ ਨਾ ਬੇਬੇ ਐਡੇ ਘਰ ਨੂੰ ਕੀ ਖਾਂਦਾ ਸੀ ਕਿ ਵੇਚਣਾ ਇਹ ਕੋਈ ਤੂੰ ਤਾਂ ਉਰੀ ਰਹਿ ਜੀ ਵੀ ਸਕਦੀ ਅਸੀਂ ਜਵਾਖਾਂ ਨੂੰ ਪੜਾ ਲੱਗ ਦੋਨੇ ਜਣੇ ਰਹਿ ਕੇ ਚਲ ਉਹ ਤੁਹਾਡੀ ਮਰਜ਼ੀ ਹੈ ਦੇਖ ਲਓ ਜੇ ਸਾਹਬ ਚਾਹੁੰਦੀ ਹੈ ਕੋਈ ਕਹਾਣੀ ਆ ਜੂ ਸਾਹਬ ਕਿ ਲੱਗਵੇ 45 ਲੱਖ ਤਾਂ ਲੱਗ ਗਿਆ 46-47 ਦੀ ਛੱਡ ਦੇਣਗੇ ਮੇਰਾ ਤਾਂ ਨਹੀਂ ਜੀ ਲੱਗਦਾ ਭਾਈ ਸਹਿਰਾਂ ਸੂਰਾਂ 'ਚ ਜਾ ਕੇ ਤੈਨੂੰ ਆਪਦੇ ਜੀ ਦੀ ਹੈ ਬੇਬੇ ਤੂੰ ਰਹੀ ਜਾਈ ਕੋਈ ਨਾਂਡਣਾ ਕਮਣਾ 'ਚ ਤਾਂ ਕੀ ਹੈ ਮੇਰੇ ਉੱਥੇ ਬਣ ਜਾਣਗੇ ਗਵਾਂਢੀ ਬਥੇਰੇ ਬੇਬੇ ਮੈਂ ਤਾਂ ਐਂ ਕਹਿੰਦੀ ਹਾਂ ਆਪਾਂ ਨੂੰ ਥਾਂ ਬਣਦਾ ਹੈ ਮਹਿੰਗਾਈ ਵਧੀ ਜਾਂਦੀ ਹੈ ਦਿਨ ਪਰ ਦਿਨ ਦੇਖ ਲੈ ਪੁੱਤ ਫਿਰ ਤੂੰ ਜੱਸੇ ਨਾਲ ਗੱਲ ਕਰੀਏ ਤਾਂ ਕਿੱਥੇ ਬੇਬੇ ਉਹ ਕਿੱਥੇ ਸੁਣਦਾ ਮੇਰੀ ਜੇ ਤੂੰ ਕਹੇਂਗੀ ਮਾੜਾ ਮਾੜਾ ਫਿਰ ਸੁਣ ਲੂਗਾ ਜੱਸਾ ਤਾਂ ਜੱਸਾ ਬੇਬੇ ਅਜੇ ਭੂਆ ਦਾ ਨਹੀਂ ਪਤਾ ਕੀ ਬੋਲੂਗੀ ਸੁਦੇ ਜੁੱਤੀਆਂ ਮਗਰ ਪਊਗੀ ਤਾਂ ਆਪਾਂ ਨੇ ਇਹਦੇ ਕੋਲੇ ਗੱਲ ਛੇੜਦੇ ਪੁੱਤ ਜੇ ਜੱਸਾ ਕਹੂਗਾ ਫੇਰ ਮੰਨੂਗੀ ਨਹੀਂ ਇਹ ਤਾਂ ਬਾਹਲੀ ਖੜਬੜੀ ਆ ਆਪਾਂ ਤਾਂ ਭੱਜ ਕੇ ਪੈ ਜੂ ਹਾਂ ਹਾਂ ਬੇਬੇ ਭੁੱਲ ਕੇ ਵੀ ਨਾ ਗੱਲ ਛੇੜੀ ਤੇ ਕੋਈ ਨਾ ਮੈਂ ਨਹੀਂ ਛੇੜਦੀ ਜੇ ਭਾਈ ਜੱਸਾ ਹੀ ਨਾ ਮੰਨਿਆ ਫੇਰ ਤਾਂ ਮੈਂ ਕੀ ਕਰ ਸਕਦੀ ਹਾਂ ਪੁੱਤ ਬੇਬੇ ਤੂੰ ਜੱਸੇ ਨੂੰ ਮਨਾ ਨਹੀਂ ਸਕਦੀ ਪੁੱਤ ਮੈਂ ਮਨਾ ਤਾਂ ਲਊ ਜੱਸੇ ਨੂੰ ਪੈਸਾ ਵੀ ਖਾਸਾ ਲੱਗੂਗਾ ਫਿਰ ਪੈਸਿਆਂ ਦਾ ਹੱਲ ਕਿੱਥੋਂ ਹੋਊਗਾ ਉਹ ਤਾਂ ਹੱਲ ਤਾਂ ਬੇਬੇ ਹੋ ਜਾਂਦਾ ਮੈਂ ਰਾਣੀ ਤੋਂ ਸਾਰਾ ਕੁਝ ਪੁੱਛ ਕੇ ਆਈ ਹਾਂ ਲੈ ਪੁੱਤ ਬਿਨਾ ਪੈਸਿਆਂ ਤੋਂ ਕੋਠੀ ਕੌਣ ਦੇ ਦੂ ਉਹ ਵੀ ਸ਼ਹਿਰ 'ਚ ਬੇਬੇ ਸ਼ਹਿਰ 'ਚ ਕਿਸ਼ਤਾਂ ਤੇ ਘਰ ਮਿਲਦੇ ਨੇ ਇੱਕ ਵਾਰੀ ਥੋੜੇ ਜਿਹੇ ਪੈਸੇ ਭਰ ਦਾਂਗੇ ਆਪਾਂ ਹੌਲੀ ਹੌਲੀ ਕਿਸ਼ਤਾਂ ਨਾਲ ਦੇਈ ਜਾਵਾਂਗੇ ਮੋੜੀ ਜਾਵਾਂਗੇ ਅੱਛਾ ਤੇ ਹੋਰ ਕਰਤਾਰੋ ਚਾਚੀ ਕਹਿੰਦੇ ਵੀ ਕਿਸ਼ਤਾਂ 'ਤੇ ਲੈਤੀ ਹੈ ਬੇਬੇ ਕੋਠੀ ਉਹਨਾਂ ਨੇ ਕਿ ਨਕਦ ਲੈਤੀ ਹੈ ਚੱਲ ਦੇਖ ਲੈ ਪੁੱਤ ਫਿਰ ਜੇ ਜੱਸਾ ਮੰਨ ਗਿਆ ਫਿਰ ਦੇਖ ਲਾਂਗੇ ਆਪਾਂ ਵੀ ਬੇਬੇ ਜੱਸਾ ਕਦੋਂ ਕਾਜੂਗਾ ਆਜੂਗਾ ਪੁੱਤ ਉਹ ਤਾਂ ਆਉਣ ਵਾਲਾ ਹੀ ਹੈ ਕਿਸੇ ਦਾ ਮੋਟਰਸਾਈਕਲ ਫੜਾਉਣ ਗਿਆ ਅੱਛਾ ਹਾਂ ਰਾਤ ਲੈ ਆਇਆ ਸੀ ਆਪਣੇ ਵਾਲਾ ਖਰਾਬ ਹੋ ਗਿਆ ਸੀ ਅੱਛਾ ਪੈਂਚਰ ਹੋ ਗਿਆ ਸੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਕਿੱਧਰ ਭਾਗੀ ਭੂਆ ਨਹਾਉਂਦੀ ਹੈ ਅੱਛਾ ਆਪਣੇ ਵਾਲੇ ਮੋਟਰਸਾਈਕਲ ਦੇ ਪੈਂਚਰ ਲਵਾ ਲਾ ਪੁੱਤ ਲੋੜ ਪੈ ਜਾਂਦੀ ਹੈ ਹਾਂ ਲੈ ਕੇ ਜਾਊਂਗਾ ਹੋਰ ਲੈ ਕੇ ਜਾਊਂ ਐਂ ਕਹਿੰਦੀ ਤੁਸੀਂ ਗੋਪਾਲ ਤਾਂ ਵੀ ਜੇ ਬੱਬੀ ਹੋਰਾਂ ਵਾਂਗੂ ਤੁਸੀਂ ਮਾਨਸਾ ਰਹਿਣ ਲੱਗ ਜਾਓ ਜਵਾਕ ਜਵੁਕ ਪੜ੍ਹਾ ਲਾਂਗੇ ਅੱਛਾ ਮੈਂ ਉਹਦੇ ਦੱਸਿਆ ਤਾਂ ਹੈਗਾ ਸੀਗਾ ਇਹਨੂੰ ਵੀ ਆਪਣਾ ਠੀਕ ਨਹੀਂ ਆਉਣਾ ਦੇਖ ਲਓ ਪੁੱਤ ਕੀ ਹੈ ਠੀਕ ਆ ਜੀ ਨਹੀਂ ਬੇਬੇ ਹੁਣ ਤੈਨੂੰ ਵੀ ਕਹਿਤਾ ਇਹਨੇ ਹੋਰ ਮੈਨੂੰ ਤਾਂ ਰੋਜ਼ ਕਹੀ ਜਾਂਦੀ ਹੈ ਨਾ ਬੇਬੇ ਕਹਿੰਦੀ ਮੈਂ ਰਹਿ ਜਾ ਕਰੂੰਗੀ ਘਰੇ ਘਰੇ ਤਾਂ ਰਹਿ ਜੂ ਬੇਬੇ ਤਾਂ ਰਹਿ ਜੂਗੀ ਗੱਲ ਕਰ ਆਪਣਾ ਠੀਕ ਨਹੀਂ ਆਉਣਾ ਯਾਰ ਆਪਣਾ ਜੱਟ ਜ਼ਿਮੀਦਾਰ ਦਾ ਕੰਮ ਠੀਕ ਆਉਂਦਾ ਖੇਤੀਬਾੜੀ ਵਾਲੇ ਦਾ ਲੈ ਹੋਰ ਕੀ ਬਣੀ ਦੇ ਘਰੇ ਜਨਮ ਲੈਣਾ ਤੀ ਹੁਣ ਮਾਨਸਾ ਜਾਣ ਵਾਸਤੇ ਤੈਨੂੰ ਕੁਛ ਬਾਲ ਹੀ ਨਹੀਂ ਹੋ ਰਿਹਾ ਸ਼ਹਿਰ 'ਚ ਰਹਿਣ ਦਾ ਲੈ ਹੋਰ ਹੁਣ ਬੇਬੇ ਪਹਿਲਾਂ ਸਾਰੀ ਉਮਰ ਮਿੱਟੀ ਘੱਟੇ 'ਚ ਕੱਢਣੀ ਆਪਾਂ ਨੇ ਇਹ ਤਾਂ ਐਂ ਕਰਦਾ ਚੱਲ ਕੋਈ ਨਾ ਪੁੱਤ ਵਗ ਜਾਓ ਵਗ ਜਾ ਚੱਲ ਅੱਗੇ ਮਲਕੀਤ ਦੀ ਬਹੂ ਨਹੀਂ ਗਈ ਕਿਤੇ ਸਾਰੀ ਫੌਜ 'ਚ ਨੌਕਰੀ ਕਰਕੇ ਆ ਗਿਆ ਘੁੰਮਣ ਚੱਲ ਮਾਨਸਾ ਤੱਕ ਤਾਂ ਇਹਨੂੰ ਤਾਂ ਲੈ ਜਾ ਵਿਚਾਰੀ ਨੂੰ ਚੱਲ ਕੋਈ ਕਰਦੇ ਆ ਰਹਿ ਭੂਆ ਨਾਲ ਵੀ ਕਰਦੇ ਆ ਰਹਿ ਹੋਰ ਕੋਈ ਨਹੀਂ ਭੂਆ ਤੋਂ ਕੇਰਾਂ ਤਾਂ ਦੰਦੜ ਕੇ ਪਊਗੀ ਹੌਲੀ ਹੌਲੀ ਠੰਡੀ ਹੋਊ ਚੱਲ ਕੋਈ ਨਾ ਭੂਆ ਨਾਲ ਕਰਦੇ ਆ ਸਲਾਹ ਲੈ ਭੂਆ ਨਾਲ ਕੀ ਸਲਾਹ ਕਰਨੀ ਹੈ ਇਹਨਾਂ ਨੇ ਤਾਂ ਉਰੀ ਰਹਿਣਾ ਦੋਨਾਂ ਨਣਦ ਭਜਾਈ ਨੇ ਆਪਾਂ ਨੇ ਜਾਣਾ ਦੋਨਾਂ ਨੇ ਚੱਲ ਕੋਈ ਨਹੀਂ ਪੁੱਤ ਜਿੱਥੇ ਉਹਦੇ ਤੇ ਝੱਲੀ ਜਾਣੇ ਮਾਂ ਨਾਦਰ ਹੀ ਹੈ ਦੋ ਗੱਲਾਂ ਹੋਰ ਕਹਿ ਦਿਓ ਬੇਬੇ ਭੂਆ ਮੈਨੂੰ ਮਾਨਸਾ ਜਾਣ ਤੋਂ ਕਿੱਥੇ ਰਾਜੀ ਹੋਊਗੀ ਉਹ ਤਾਂ ਉਰੇ ਨਹੀਂ ਰਾਜੀ ਹੈਗੀ ਇੱਕ ਕੰਮ ਕਰਨ ਦੂਜਾ ਗਣਾ ਆਉਂਦੀ ਹੈ ਸਾਂ ਤਾਂ ਲੈਣ ਦਿੰਦੀ ਨਹੀਂ ਮੈਨੂੰ ਕੋਈ ਨਹੀਂ ਕੁਛ ਨਹੀਂ ਹੁੰਦਾ ਕੇਰਾਂ ਪੁੱਛ ਲਓ ਮਾਂ ਨਾਦਰ ਹੁੰਦਾ ਵੱਡੇ ਬੰਦੇ ਦਾ ਇਹਦੇ ਤਾਂ ਅੱਖੇ ਲੱਗ ਜੀ ਬੇਬੇ ਭੂਆ ਮੇਰੇ ਨਹੀਂ ਲੱਗਦੀ ਨਾ ਤੇਰੇ ਲੱਗੀ ਚੱਲ ਤੂੰ ਪੁੱਛ ਲਈ ਪੁੱਤ ਪੁੱਛ ਲਾਂਗੇ ਪੁੱਛ ਲਾਂਗੇ ਕੋਈ ਨਹੀਂ ਮੈਂ ਤਾਂ ਇਹ ਕਹਿੰਦੀ ਹਾਂ ਭੂਆ ਐਡੀ ਛੇਤੀ ਕਿਵੇਂ ਮੰਨ
बड़ा चाव हो रहा जानता। चलो देख दे की बनता। मैं से मिली नहीं रात ना पाने मिली नहीं, एक तो मच्छर वाला हो रहा है। फिर की कीता? फिर टीका लाके चोई रात जवाखा नु मारा है टीका लाके चोई। ना तो मैं पीवा टीके वाला दुध, ना जवाखा नु दया कर तुसी पी लिया करो। मैनू ना दस्या भी टीका लाया कि मैं अगर मिल लो ठीक है। पानी बह जा आ कुर्सी ले ले उरा। सत श्री अकाल बीबी। सत श्री अकाल भाई। किवें आने हो गए? जस्सा है घरे? भाने जस्सा तो भाने है नहीं घरे। नहीं सिलेंडर भरा के लिया सी। वो तो भाने उधरले खेत गया होया है, अज पानी की बारी सी। अच्छा ना सिलेंडर तो घर घर भर के जाते ने। तू कित्थे रह गई? हुण भरा ले भाने 50 रुपये दे के। हाँ ले दे ले। देने आ जाना हुण। कौन चकदा सिलेंडर? नहीं मैनू आई थी कितने 50 रुपये दे आऊंगी। महा जस्से ने भेज नू करी होऊ। ਨਾ 50 ਦਾ ਕੀ ਹੈ ਭਣੇ ਹੁਣ ਪਾ ਤੁਰਿਆ ਜਾਂਦਾ ਜਵਾਕ ਖਾ ਜਾਂਦਾ। ਤੂੰ ਦੇ ਦੀ 50 ਭਰਾ ਤਾਂ ਇਹ ਲਊਗੀ ਬਥੇਰਾ। ਫਿਰ ਤਾਂ ਤੂੰ ਦੇ ਦੇ। ਕਿੱਥੇ ਦੇ ਦਾ ਮੇਰੇ ਹੱਥ ਨਾ ਪੱਲੇ ਕੁਛ। ਫਿਰ ਹੱਥ ਨਾ ਪੱਲੇ ਫਿਰ ਤੂੰ ਕਿਉਂ ਨਹੀਂ ਅਗਰੀ ਨੂੰ? ਮੈਂ ਆਖਿਆ ਉਹੀ 50 ਦੀ ਸਬਜ਼ੀ ਲਵਾਂਗੇ। ਮੈਂ ਕਿਲੋ ਛੋਲੂ ਆਊ ਸਬਜ਼ੀ ਬਣਾ ਲਾਂਗੇ। ਚੱਲ ਉੱਥੇ ਰੋਜ਼ ਹੀ ਮੁੱਲ ਲਾਇਆ ਕਰੂਗੀ। 40 ਲੱਖ ਦੀ 42 ਲੱਖ ਦੀ ਕੋਠੀ ਤਾਂ ਲੈ ਲਈ ਤੂੰ। 50-50 ਰੁਪਈਆਂ ਨੂੰ ਤੁਰੀ ਫਿਰਦੀ ਹੈ ਡਪਲੀ ਵਜਾਉਂਦੀ। ਕਿੱਥੇ 50-50 ਦੀ ਬੱਚਤ ਕਰੇਂਗੀ? ਜਿੱਥੇ ਰਹਿਣ ਲੱਗੇ ਨੇ ਸ਼ਹਿਰ 'ਚ ਉੱਥੇ ਖਰਚਾ ਥੋੜ੍ਹਾ ਹੋਊਗਾ। ਮਾਂ ਤਾਂ ਫਿਰ ਇਹ ਫੋਸੀ ਨੂੰ ਪੁੱਤ ਗੁਹਾਰੇ ਬਖਸੀ। ਕਿੱਧਰੋਂ ਆਈ ਆ ਕੱਢੋ ਵੱਡੀ, ਹਰੇਕ ਗੱਲ ਦਾ ਜਵਾਬ ਦੇ ਦਿੰਦੀ ਹੈ। ਕੀ ਕਹਿੰਦੀ ਹੈ ਬਾਈ? ਕੁਛ ਨਹੀਂ ਬੀਬੀ, ਕੁਛ ਨਹੀਂ। ਰਾਣੀ ਆਈ ਹੋਈ ਹੈ? ਹਾਂ ਆਈ ਹੋਈ ਹੈ। ਉਸੇ ਨੇ ਉਂਗਲ ਲਾਈ ਆ ਸਾਡੇ ਵਾਲੀ ਦੇ ਵੀ, ਡੱਕਾ ਨਹੀਂ ਕੰਮ ਦਾ ਤੋੜਦੀ। ਛੈਲ ਜਾਣਾ, ਛੈਲ ਜਾਣਾ, ਛੈਲ ਜਾਣਾ। ਤੇਰਾ ਮੁੰਡਾ ਤਾਂ ਨੌਕਰੀ 'ਤੇ ਲੱਗਿਆ, ਸਾਡਾ ਕਾਸ 'ਤੇ ਲੱਗਿਆ। 15 ਕਿੱਲਿਆਂ ਦੀ ਤਾਂ ਇੱਥੇ ਖੇਤੀ ਰੁਲੂਗੀ, ਜਿਹੜੇ ਅਸੀਂ ਰੁਲਾਂਗੇ ਉਹ ਵੱਖ ਰਹਿ ਗਿਆ। ਹੋਰ ਭੈਣੇ ਨਾਲੇ ਡੰਗਰ ਕੌਣ ਸਾਂਭੂ ਸਾਡੇ? ਭੈਣੇ ਕੱਢੀ ਨਹੀਂ ਜਾਂਦੀ ਹੈਗੀ ਇਹ, ਕਿੱਥੇ ਰੱਖੀ ਹੈ ਇਹ? ਕੱਢੋ ਵੱਢੀ ਆਈ। ਕੀ ਕਹਿੰਦੀ ਹੈ ਕੱਢੀ ਜਾਂਦੀ ਤੀ ਕੱਢੀ? ਬੀਬੀ ਮੈਂ ਤਾਂ ਛੋਰੂਆ ਕਹਿੰਦੀ ਤੀ, ਵਿਜੈ ਖਾਣੇ ਦਾ ਟਾਂਟਾ ਨਹੀਂ ਹੈ ਨਾ, ਕੱਚੀਆਂ ਨੇ, ਕੱਢੇ ਹੀ ਨਹੀਂ ਜਾਂਦਾ, ਨਹੁੰ ਸੀ ਫਸ ਜਾਂਦਾ। ਅੱਛਾ ਫਿਰ ਘੰਟਾ ਹੋ ਗਿਆ ਬੈਠੀ ਨੂੰ ਇੱਥੇ, ਜੱਕੜ ਮਾਰਦੀ ਨੂੰ ਹੁਣ ਕੀ ਕਰਦੀ ਹੈ? ਕੱਢ ਲੈਂਦੀ ਆ ਕੇ। ਕੰਮ ਆਈ ਤੀ ਬੀਬੀ, ਮੈਂ ਕਿਹੜਾ ਊਈ ਗੱਲਾਂ ਮਾਰਨ ਬਹਿਗੀ, ਬੈਠਣ ਵੀ ਨਹੀਂ ਦਿੰਦੀ। ਸੁਖਪਾਲ ਕਿੱਧਰ ਗਈ ਭੈਣੇ? ਸੁਖਪਾਲ ਇੱਥੇ ਹੋਣੀ ਭੈਣੇ, ਇੱਥੇ ਕਰਦੀ ਤੀ ਹੁਣ ਕੰਮ ਕਰਦੀ। ਮੈਸਾਂ ਕਰਨੀ? ਅੱਛਾ ਮੈਸਾਂ ਕਰਨੀ ਹੈ? ਹਾਂ ਉੱਥੇ ਕੱਖ ਪਾਉਂਦੀ ਹੋਊਗੀ ਹੈ ਨਾ? ਹਾਂ ਦੇਖਿਆ। ਚੱਲ ਮੈਂ ਦੇਖਦੀ ਹਾਂ ਉੱਧਰ। ਨਾ ਤਾਂ ਇੱਥੋਂ ਨਾਲ ਨਹੀਂ ਨਿਕਲਿਆ ਗਿਆ ਉਹਦੇ, ਉੱਥੇ ਹੋਰ ਲੁੱਤੀ ਲਾਊਗੀ ਕੋਈ। ਕੀ ਕਰੀ ਜਾਂਦੀ ਹੈ ਸੁਖਪਾਲ? ਸਾਨੂੰ ਨਹੀਂ ਪਾਈ ਜਾਂਦੀ? ਹਾਂ ਹਾਂ ਸਾਡੀ ਭਾਉਂਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਹਾਂ ਠੀਕ ਠਾਕ। ਨਹੀਂ ਤੁਹਾਡੀ ਭੂਆ ਮਹਾਂ ਵਾਲੀ ਕੁਛ ਬੋਲਣ ਲੱਗ ਗਈ ਲੈ, ਜਮੀ ਨਹੀਂ ਹੰਗਦੀ ਬੰਦੇ ਨੂੰ ਜੇ ਕੋਈ ਆ ਜੇ। ਐਂ ਕਰਦੀ ਚਾਚੀ ਤਾਂ। ਹੋਰ ਚੱਲ ਮੇਰਾ ਤਾਂ ਮੈਂ ਤਾਂ ਆਈ ਤੀ ਮਹਿਲ ਜੱਸਾ ਘਰੇ ਹੋਊ ਸਿਲੰਡਰ ਭਰਾਉਣ ਭੇਜੂੰਗੀ। ਅੱਛਾ ਹਾਂ ਨਾ ਖੇਤੋਂ ਆਉਣ ਵਾਲਾ ਕੋਈ ਨਾ ਭਰਾ ਦੇਊਗਾ। ਕਿੱਥੋਂ ਜਾਣ ਦੇਊਗੀ ਤੇਰੀ ਭੂਆ? ਉਹ ਤਾਂ ਵੱਢ ਖਾਣੇ ਵਾਂਗੂ ਪੈਂਦੀ ਹੈ। ਅੱਛਾ ਪਹਿਲੇ 50 ਰੁਪਏ ਦੇ ਕੇ ਸਿਲੰਡਰ ਨਹੀਂ ਭਰਾਈਂਦਾ? ਇਹ ਤਾਂ ਐਂ ਕਰਦੀ ਹੈ। ਮੈਂ ਤਾਂ ਵਧੀਆ ਤੈਨੂੰ ਖੜਾ ਛੁੱਟ ਜੂਗਾ। ਕਿਉਂ ਤੇਰਾ ਖੜਾ ਕਿਵੇਂ ਛੁੱਟ ਜੂ? ਮੈਂ ਮਨਾ ਲਿਆ ਭੂਆ ਜੱਸੀ ਹੋਰਾਂ ਤਾਂ ਕੋਠੀ ਲੈਣ ਵਾਸਤੇ ਮਾਨਸਾ, ਜੱਸੀ ਨੇ ਕਹਾ ਭੂਆ ਵੀ ਮਿਲਾ ਲਈ, ਕਹਿੰਦਾ ਲਵਾਂਗੇ ਪਤਾ। ਅੱਛਾ ਹਾਂ ਦੇਖਾਂਗੇ ਨਾ, ਦੇਖਦੇ ਫਿਰਦੇ। ਚੱਲ ਵਧੀਆ। ਹਾਂ ਫਿਰ ਤਾਂ ਉੱਥੇ ਦੋਨੇ ਇਕੱਠੀਆਂ ਹੋ ਜਾਣੀਆਂ ਤੇਰਾ ਨਹੀਂ? ਹਾਂ ਕੁੜੇ ਇਹ ਬਾਬਾ ਮੰਨ ਗਈ ਤੁਹਾਡੀ ਭੂਆ, ਮੰਨਣ ਵਾਲੀ ਤਾਂ ਲੱਗਦੀ ਨਹੀਂ ਇਹ ਵੀ ਮੰਨ ਜੂ। ਨਾ ਜੱਸੇ ਨੇ ਮਨਾ ਲਈ, ਜਦੋਂ ਮੈਂ ਕਹਿਣੀ ਨਹੀਂ ਫਟੀ ਰੋਜ਼ ਜੇ ਪਤਾ ਜਵਾਕਾਂ ਦਾ ਭਵਿੱਖ ਬਣਾਉਣਾ ਮਾਨਸਾ ਜਾਵਾਂਗੇ। ਅੱਛਾ ਮਾਨਸਾ ਵਰਗੀ ਮੌਜ ਕਿੱਥੇ ਚਾਚੀ ਉਰੇ? ਹਾਂ ਉਹ ਇੱਥੇ ਵਿਖਾਉਂਦੇ ਫਿਰਦੇ ਸਾਰਾ ਦਿਨ। ਹੋਰ ਹੋਰ ਮੌਜ ਨਾਲ ਰਿਹਾ ਕਰਨਗੇ ਟੋਰ ਨਾਲ, ਅਗਲੇ ਕਹਿਣਗੇ ਲੈ ਸ਼ਹਿਰੋਂ ਆਈ ਹੈ, ਜਿਵੇਂ ਹੁਣ ਰਾਣੀ ਨੂੰ ਭੱਜ ਭੱਜ ਮਿਲਦੇ ਆ। ਹੋਰ 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 ਆਈ ਮੈਨੂੰ ਮਿਲਿਆ ਕਰਨਗੇ। ਹੋਰ ਚਾਚੀ ਚਾਹ ਬਣਾਵਾਂ? ਤੇ ਭੂਆ ਨੂੰ ਨਾ ਲੈ ਕੇ ਜਾਇਓ। ਨਾ ਨਾ ਇਹਨੂੰ ਤਾਂ ਪਹਿਲੇ ਆਪਦੇ ਡੱਕਰ। ਨਾ ਨਾ ਮੇਰੀ ਬੇਬੀ ਵੀ ਰਹੂਗੀ, ਇਹ ਵੀ ਨਹੀਂ ਜਾਂਦੀ। ਹਾਂ ਚੱਲ ਮੈਂ ਹੱਥ ਧੋ ਕੇ ਨਹੀਂ ਚਾਚੀ। ਆ ਜਾ ਚੰਗਾ ਨਹੀਂ ਭੈਣੇ, ਜਾਂਦੀ ਹਾਂ ਮੈਂ ਤਾਂ। ਚੰਗਾ ਹੋਰ ਚਾਚੀ ਜਾਂਦੀ ਵੀ ਹੈ? ਹੋਰ ਚਾਹ ਬਣਾ ਲੈਣੀ ਆ? ਨਾ ਨਾ ਬਸ ਚਾਹ ਦੀ ਤਾਂ ਲੋੜ ਨਹੀਂ ਪੁੱਤ।
ਲੈ ਚਾਹ ਤੋਂ ਪੀਣੀ ਬਾਗੀ ਚਾਚੀ ਭੂਆ ਹਾਂ ਕੀ ਭੂਆ ਘੰਟਾ ਹੋ ਗਿਆ ਤੇ ਚੱਪ ਚੱਪ ਕਰਦੀਆਂ ਨੂੰ ਕੀ ਕਹਿ ਕੇ ਗਈ ਹੈ ਨਾ ਨਾ ਕੁਛ ਨਹੀਂ ਕਹਿੰਦੀ ਉਹ ਤਾਂ ਐਂ ਕਹਿੰਦੀ ਕੱਖ ਪਾ ਲੈ ਇੰਨੇ ਚਿਰ ਚ ਹੋਰ ਮੈਂ ਸਭ ਜਾਣਦੀ ਹਾਂ ਨਾਲੇ ਤੈਨੂੰ ਜਾਣਦੀ ਹਾਂ ਨਾਲੇ ਉਹਨੂੰ ਜਾਣੇ ਮੈਂ ਨਾ ਹੁਣ ਤੁਹਾਡੀ ਰਾਂਦ ਕੱਟੀ ਖੜੀ ਹਾਂ ਇਹ ਤਾਂ ਤੁਹਾਡਾ ਨਹੀਂ ਕੁਛ ਕਰਦੀ ਮੈਂ ਤੈਨੂੰ ਤੋਰੂ ਮਾਨਸਾ ਜੇ ਪਿੱਛਾ ਮੁੜ ਕੇ ਦੇਖ ਲਿਆ ਨਾ ਤਾਂ ਸੋਚ ਲਈ ਆਪਦੇ ਆਪ ਨੂੰ ਮੈਂ ਕੱਟੂ ਤੁਹਾਡੀ ਰਾਂਦ ਮੈਂ ਪਿੱਛੇ ਮੁੜ ਕੇ ਕਿਉਂ ਦੇਖੂੰਗੀ ਭੂਆ ਮੈਂ ਮਾਨਸਾ ਜਾਣਾ ਚਾਹੁੰਦੀ ਹਾਂ ਕੋਈ ਨਾ ਦੇਖੂੰਗੀ ਮੈਂ ਵੀ ਕਿੰਨਾ ਕੁ ਚਿਰ ਰਹਿ ਜਾਏਗੀ ਦੇਖੂੰਗੀ ਨਾ ਭੂਆ ਹਾਂ ਵਧੀਆ ਸੰਕੌਰੇ ਟੌਰ ਬਣੂਗੀ ਆਏਗੇ ਦੀ ਵੀ ਸ਼ਹਿਰ ਚੋਂ ਆਈ ਆ ਉਹਨਾਂ ਦੀ ਬਦੂ ਦਿੰਦੀ ਆ ਜਿਹੜਾ ਉਹ ਕਦੇ ਉੱਧਰ ਦੀ ਆ ਵੜਦੀ ਆ ਕਦੇ ਉੱਧਰ ਦੀ ਆ ਵੜਦੀ ਆ ਹੋਰ ਭਾਣੇ ਪੁੱਛਣਾ ਉਹਦਾ ਬਾਹਲਾ ਤਪਾ ਰੱਖਿਆ ਉਹਨੇ ਤਾਂ ਅਸੀਂ चज दी तेन सोरे ना रख लेंदे ਕੀ ਹੋ ਗਿਆ ਪੁੱਤਾ ਐਂ ਨਾ ਬੋਲਿਆ ਕਰ ਪੁੱਤਾ ਕੋਈ ਨਹੀਂ ਬੀਬੀ ਕੀ ਕਰਾਂ ਸਾਧਨ ਤੰਗ ਨਹੀਂ ਕਰਨ ਵੜਦੀ ਹੋਰ ਆ ਤੰਗ ਤਾਂ ਕਰਦੀ ਹੈ ਬਥੇਰਾ ਫਿਰ ਚੱਲ ਕੋਈ ਨਹੀਂ ਕਰੀ ਜਾਣ ਦੇ ਚੱਲ ਇਹ ਦੂਰ ਕੇ ਨਹੀਂ ਬੋਲਦੀ ਬੀਬੀ ਕਿ ਜੱਸੇ ਤੋਂ ਘਟਾਰੋਂ ਦੇ ਮੈਨੂੰ ਚੱਲ ਕੋਈ ਨਹੀਂ ਪੁੱਤ ਜੱਸੇ ਨੂੰ ਮੈਂ ਸਮਝਾ ਦੂੰਗੀ ਹਰਖ ਨਾ ਕਰੀ ਤੂੰ ਕੋਈ ਨਹੀਂ ਬੋਲਗੀ ਜੇ ਬੋਲਗੀ ਸਹੀ ਕੋਈ ਨਾ ਬੀਬੀ ਠੀਕ ਹੈ ਆਇਆ ਪੁੱਤੇ ਦਾ ਕੀ ਹੈ ਇਹ ਤਾਂ ਉਬੜ ਪਾਇਆ ਵਾਂਗੂ ਬੋਲੀ ਜਾਂਦੀ ਹੈ ਸਾਰਾ ਦਿਨ ਹੋਰ ਬੇਬੇ ਜੋ ਨਹੀਂ ਦਿੰਦੀ ਸਾਰਾ ਦਿਨ ਹੋਰ ਹੁਣ ਮੈਂ ਤੇਰੇ ਸਾਹਮਣੇ ਕੰਮ ਤਾਂ ਕਰੀ ਜਾਂ ਨਹੀਂ ਬੇਬੇ ਸਾਰਾ ਦਿਨ ਹਾਂ ਕਰਦੀ ਆ ਖਰ ਕੰਮ ਤਾਂ ਸਾਰਾ ਦਿਨ ਤੂੰ ਵੀ ਬੇਬੇ ਉਹਦੀ ਮਿਹਰਚੀ ਹੋਗੀ ਲੈ ਫਿਰ ਮੈਂ ਡਰਦੀ ਕੀ ਕਰਾਂ ਆਇਆ ਪੁੱਤ ਹੁਣ ਥੋੜੇ ਚਿਰ ਨੇ ਤੁਸੀਂ ਮਾਨਸਾ ਵਗ ਜਾਓਗੇ ਅਸੀਂ ਚੱਲ ਇਹ ਦਾਲ ਪਾਣੀ ਕਰੀ ਜਾਇਆ ਕਰੂਗੀ ਕੋਲੇ ਮੇਰੇ ਬੈਠੀ ਮਾੜਾ ਮੋਟਾ ਚੀਰ ਦਿਆ ਕਰੂ ਚੱਲ ਮੈਂ ਮੈਸਾ ਸਾਂਭ ਲਿਆ ਕਰੂੰਗੀ ਹੂੰ ਬੇਬੇ ਤੇਰੇ ਕੋਲ ਕਿੱਥੇ ਕਰ ਦੂਗੀ ਇਹ ਚੱਲ ਕੋਈ ਨਹੀਂ ਮੈਨੂੰ ਕੁਛ ਨਹੀਂ ਕਹਿੰਦੀ ਕੱਲੀ ਨੂੰ ਮੈਂ ਤਾਂ ਪੁੱਤ ਹੁਣ ਵਿਚਾਲੇ ਫਸੀ ਹੋਈ ਆ ਇਹ ਵੀ ਤਾਂ ਸਹੀ ਸਹੀ ਗੱਲ ਹੈ ਕੁਛ ਨਹੀਂ ਹੁੰਦਾ ਚੱਲ ਚਲੋ ਐਂ ਹੀ ਟਾਈਮ ਟੱਪ ਜਾਊਗਾ ਚਲ ਕਰੀ ਜਾਣ ਦੇ ਠੀਕ ਹੋ ਗਈ ਪੁੱਤ ਰਜਿਸਟਰੀ ਹਾਂ ਪੂਆ ਹੋ ਗਈ ਅੱਛਾ 46 ਲੱਖ ਚ ਬਣ ਗਈ ਕਿੰਨੇ ਚ 46 ਚ 46 ਚ ਹੂੰ ਠੀਕ ਬਣ ਗਈ ਫਿਰ 50 ਬਣ ਗਈ ਤੇ ਹਾਂ 45 ਤੱਕ ਦੇ ਨਹੀਂ ਲੱਗਦੇ ਨੇ ਹੂੰ 46 ਚ ਬਣ ਗਈ ਚਲੋ ਵਧੀਆ ਹੋ ਗਿਆ ਉਹਨਾਂ ਨੇ 42 ਦੀ ਲਈ ਹੈ ਹਾਂ ਉਹਨਾਂ ਨੇ 42 ਦੀ ਫਿਰ ਉਦੋਂ 4 ਲੱਖ ਉੱਪਰ ਹੀ ਹੋ ਗਿਆ ਹਾਂ 46 ਦੀ ਹੋ ਗਈ ਫੇ ਕੋਠੀ ਵਧੀਆ ਉਹਨਾਂ ਨੂੰ ਹਾਂ 46 ਦੀ ਹੋ ਗਈ ਹੂੰ ਤਾਂ ਹੀ ਉਹਦੇ ਦੋ ਪਾਸੇ ਬਾਹਰ ਹੈ ਹਾਂ ਸੜਕ ਤੇ ਦੋ ਪਾਸੇ ਲੱਗਦਾ ਚਲ ਵਧੀਆ ਹੋ ਜਾਏਗਾ ਫਿਰ ਤਾਂ ਹੂੰ ਚਲ ਵਧੀਆ ਜਵਾਕਾਂ ਦੀ ਜਗ੍ਹਾ ਬਣ ਗਈ ਹੋਰ 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 ਵਧੀਆ ਹੋ ਗਿਆ ਚਲ ਕੀ ਕਰੀਏ ਜਦ ਮੰਨਦੀ ਨਹੀਂ ਹੋਰ ਕਿੱਦਾਂ ਦੇ ਕਹੀ ਜਾਂਦੇ ਸੀ ਚਲ ਜਗ੍ਹਾ ਬਣ ਗਈ ਵਾਦਾ ਕਰੇ ਇਹਨਾਂ ਨੂੰ ਵਾਦਾ ਕਰੇ ਹੁਣ ਤਾਂ ਤਿਆਰੀ ਕਰ ਫਿਰ ਤੜਕੇ ਜਾਣ ਦੇ ਮੈਂ ਤਾਂ ਹੁਣ ਕਰ ਲੂੰਗੀ ਪੂਆ ਤੂੰ ਵੀ ਜਾਵੇਂਗੀ ਪੂਆ ਤਾਂ ਨਹੀਂ ਵਿੱਲੇ ਜਾਂਦੀ ਦੇਖਤਾ ਹੀ ਕਰੂੰਗਾ ਤਾਂ ਨਹੀਂ ਕਰਾਉਣਾ ਕੋਠੀ ਨੂੰ ਫਿਰ ਨਾ ਨਾ ਕੁਝ ਨਹੀਂ ਕਰਾਉਣਾ ਕੰਪਲੀਟ ਹੈ ਬੇਬੇ ਸਾਰੀ ਸਾਫ ਆ ਜਾਮਾ ਹੋਰ ਕੰਪਲੀਟ ਹੈ ਸਾਰੀ ਨਹੀਂ ਮੱਖਾ ਮਾੜਾ ਮੋਟਾ ਰੰਗ ਕਰਾ ਲਿਓ ਜੇ ਥੱਲੇ ਤੁਹਾਨੂੰ ਕੰਦਾ ਕੋਈ ਨਾ ਨਾ ਕੁਝ ਨਹੀਂ ਹੋਇਆ ਉਦੋਂ ਮੈਂ ਦਿਖਾ ਕੇ ਤੇ ਲੈ ਆਤੀ ਭੂਆ ਨੂੰ ਨਾਲੇ ਸਫਾਲ ਨੂੰ ਚਲ ਫਿਰ ਤਾਂ ਠੀਕ ਹੈ ਤੂੰ ਜਾਇਆ ਹੀ ਤੇ ਜਾਣਾ ਤੂੰ ਦੇਖ ਆਈ ਤੜਤੀ ਚਲ ਰਾਣੀ ਕੰਨ ਤਾਂ ਭੂਆ ਵਧੀਆ ਹੈ ਕੋਠੀ ਮਹਿੰਗੀ ਬਣੀ ਆ ਆਪਣੀ ਰਾਣੀ ਤਾਂ ਕੀ ਹਵਾ ਜੀ ਮਾਰ ਦਿੱਤੀ ਹੋਰ ਮਹਿੰਗੀ ਤਾਂ ਬਣੀ ਹੈ ਹੋਰ ਚਾਹ ਬਣਾਵਾਂ ਤੁਹਾਡੇ ਵਾਸਤੇ ਥੋੜੀ ਜੀ ਬਣਾ ਲਿਆ ਇਹ ਤਾਂ ਮੈਂ ਤਿਆਰੀ ਕਰਦੀ ਆ ਭੂਆ चीज मुल दी होगी पुत दुध भी तां लेनी है कह देंगे राजू पाया करूगा हां कर लियो फिर चाह फिर पीना फिर कपड़े बदल के बन गई सपाल चाह ਬੀਬੀ ਅੱਜ ਸਬਜ਼ੀ ਕਾਹਦੀ ਬਣਾਈਏ ਕਾਹਦੀ ਦੱਸਾਂ ਬਣਾ ਲੈ ਜਿਸ ਕਾਸੇ ਦੀ ਬਣਾਉਣੀ ਹੈ ਮੇਰੇ ਤਾਂ ਜੀ ਜੇ ਨਹੀਂ ਲੱਗਦਾ ਹੈਗਾ ਜਵਾਕਾਂ ਜਿਹਾ ਵੇ ਨਾ ਹੋਰ ਜੀ ਤਾਂ ਲੱਗਦਾ ਨਹੀਂ ਹੋਰ ਕਿਹੜਾ ਸਬਜ਼ਾ ਜੀ ਨਹੀਂ ਕਰਦਾ ਲੈਣਾ ਨਹੀਂ ਦੇਣਾ ਨਹੀਂ ਹੋਰ ਫਿਰ ਹੁਣ ਕਾਹ ਦਿਨ ਹੋ ਗਿਆ ਆਪਾਂ ਰੁੱਖੀ ਮਿੱਸੀ ਖਾਂਦੇ ਹੁਣ ਦਿਨ ਹੋ ਗਏ ਨੂੰ ਅੱਜ ਫੇਰ ਹੁਣ ਆਏ ਤਾਂ ਉਹਨੂੰ ਪੁੱਤੇ ਦਾ ਫਿਰ ਦਾਲ ਪਾਣੀ ਨਾਲ ਰੋਟੀ ਲੰਘ ਜਾਂਦੇ ਚੱਲ
ਜੀਤਾ ਲੱਗਦਾ ਨਹੀਂ ਹੁਣ ਫਿਰ ਕੀ ਕਰੀਏ ਸੋਨਾ ਸੋਨਾ ਲੱਗਦਾ ਸਾਰਾ ਘਰ ਐਡਾ ਘਰ ਸੋਨਾ ਲੱਗਦਾ ਸਾਰਾ ਦਿਨ ਫਿਰੀ ਜਾਂਦੀ ਇੱਥੇ ਲੋਲੀ ਜੀ ਕਦੇ ਇੱਧਰ ਉੱਡ ਗਈ ਕਦੇ ਇੱਧਰ ਉੱਡ ਗਈ ਹੋਰ ਨਾਲੇ ਆਪਾਂ ਬੋਲੀ ਜਾਂਦੇ ਹੋਰ ਗੁੱਸਾ ਨਹੀਂ ਕਰਦੀ ਕਦੇ ਇੱਧਰ ਉੱਡ ਲਈ ਕਦੇ ਇੱਧਰ ਗੁੱਸਾ ਗਾਸਾ ਤਾਂ ਕਾਹਨੂੰ ਕਰਦੀ ਹੈ ਗੁੱਸਾ ਨਹੀਂ ਕਰਦੀ ਮੈਂ ਤਾਂ ਕਹਿੰਦੀ ਹਾਂ ਚਟਣੀ ਰਗੜ ਲੈ ਹਰੇ ਜੇ ਗੰਡੇ ਪਾ ਕੇ ਹਾਂ ਮੈਂ ਵੀ ਐਂ ਕਹਿੰਦੀ ਬੀਬੀ ਨਾਲੇ ਧਨੀਆ ਤੋੜਿਆ ਪਿਆ ਬਸ ਫਿਰ ਚਟਣੀ ਹੋਰ ਮੱਖਾ ਚਟਣੀ ਰਗੜ ਲੈਂਦੇ ਹਾਂ ਹੋਰ ਕਿਹੜੀ ਸਬਜ਼ੀ ਜੀ ਨਹੀਂ ਕਰਦਾ ਵਾਸਤਾ ਨਹੀਂ ਚਟਣੀ ਨਾਲ ਹੀ ਖਾ ਲਾਂਗੇ ਤੱਤੀਆਂ ਤੱਤੀਆਂ ਲਾ ਕੇ ਦੋ ਹੋਰ ਕੀ ਕਰਾਂਗੇ ਬੁੜੀਆਂ ਤਾਂ ਐਂ ਖਾ ਲੈਂਦੇ ਆਪਾਂ ਕੀ ਕਰੀਏ ਹੁਣ ਬੰਦਿਆਂ ਨਾਲ ਹੀ ਦਾਲਾਂ ਸੁੱਜਦੀਆਂ ਨੇ ਆਪਾਂ ਬਸ ਘੋਲ ਕਰ ਲੈਂਦੇ ਆ ਤੂੰ ਐਂ ਕਰੀ ਕੱਲ ਨੂੰ ਦਸਵੀਂ ਹੈ ਹਾਂ ਆਪਾਂ ਦੋਨੇ ਨਾਲ ਫਿਰ ਜਾਈ ਨਾ ਭਾਈ ਵੈਲੋ ਤੇ ਜਾ ਆਵਾਂਗੇ ਹਾਂ ਤੜਕੀ ਵਕ ਚੱਲਾਂਗੇ ਹਾਂ ਨਾਲੇ ਤਾਂ ਟਾਈਮ ਜਾ ਲੰਘ ਜੂਗਾ ਵਧੀਆ ਹੋਰ ਹੁਣ ਕਰੇ ਜੀ ਨਹੀਂ ਲੱਗਦਾ ਨਾਲੇ ਕਿਸੇ ਦੇ ਮੂੰਹ ਮੱਥੇ ਲੱਗਾਂਗੇ ਮੂੰਹ ਮੱਥੇ ਲੱਗਾਂਗੇ ਨਾਲੇ ਵਧੀਆ ਵੇਲਾ ਪੂਰਾ ਹੋ ਜੂ ਉੱਥੇ ਲੰਗਰ ਚ ਪਿੰਦੇ ਚਟ ਰੋਟੀਆਂ ਲਾਹ ਆਵਾਂਗੇ ਹੋਰ ਤੇ ਸਵੇਰੇ ਅੱਥਣੇ ਮੁੜਾਂਗੇ ਹਾਂ ਪਿਛਲਾ ਪੈਰ ਹੋ ਜੂ 2 ਵਜੇ ਜਾਣਗੇ 2 2:30 ਵਜੇ ਮੁੜਾਂਗੇ ਹੋਰ ਐਂ ਕਰਾਂਗੇ ਆਪਾਂ ਤੂੰ ਦੇਖ ਲੈ ਜੇ ਇੱਕ ਅੱਧੇ ਦਿਨ ਚ ਮਾਨਸਾ ਜਾਣਾ ਉਹਨਾਂ ਕੋਲ ਜਾਏ ਮਾਨਸਾ ਤਾਂ ਮੈਂ ਕੱਲੀ ਤਾਂ ਕੀ ਜਾਊਂਗੀ ਫਿਰ ਜਾ ਆਈ ਕੱਲੀ ਨੂੰ ਕੀ ਹੈ ਆਪਾਂ ਦੋਨੇ ਵਕ ਚੱਲਾਂਗੇ ਜਾਂ ਤਾਂ ਇੱਕ ਦਿਨ ਕੰਮ ਕਰਕੇ ਸਹੀ ਉਹਨੂੰ ਲੈ ਜੀ ਉਧਰ ਉਹਨੂੰ ਤਾਂ ਕਿੱਥੇ ਲਿਜਾਉਂਗੀ ਹੁਣ ਉਹ ਤਾਂ ਉਹ ਕਿਹੜਾ ਮੈਨੂੰ ਪੁੱਛਦੀ ਹੈ ਤਾਂ ਕੱਲੀ ਭੱਜ ਜਾਂਦੀ ਜਦੋਂ ਜਾਣਾ ਹੁੰਦਾ ਹੋਰ ਉਹ ਤਾਂ ਉਹਦੀ ਵਗ ਜਾਂਦੀ ਹੋਰ ਤੂੰ ਨਹੀਂ ਜਾ ਮੇਰਾ ਫੇਰ ਵੀ ਡੰਗਰ ਪਸ਼ੂਆਂ ਦਾ ਕੰਮ ਹੈ ਘਰੇ ਹੋਰ ਨਾਲੇ ਮੈਨੂੰ ਆ ਰਹਿੰਦਾ ਵੀ ਤੈਨੂੰ ਵੀ ਕੱਲੀ ਨੂੰ ਐ ਕਿਵੇਂ ਛੱਡ ਕੇ ਜਾਵਾਂ ਐਡੇ ਘਰ ਚ ਹੋਰ ਔਖਾ ਜਿਹਾ ਹੋ ਜਾਂਦਾ ਹੋਰ ਫੇਰ ਕੱਲੀ ਦਾ ਜਮੀ ਨਹੀਂ ਜੀ ਲੱਗਦਾ ਜੀ ਨਹੀਂ ਲੱਗਦਾ ਹੁਣ ਤਾਂ ਜਮੀ ਨਹੀਂ ਜੀ ਲੱਗਦਾ ਹੌਲੀ ਹੌਲੀ ਰਚਣਾ ਪਊਗਾ ਆਪਾਂ ਤਾਂ ਚੱਲ ਬੀਬੀ ਫੇਰ ਮੈਂ ਕਰਦੀ ਆ ਚਟਣੀ ਕਰ ਲਾਂ ਨਾਲੇ ਤਾਂ ਨਾਲੇ ਹੋਰ ਕੰਮ ਕਰ ਲਾਂ ਕੋਈ ਕੱਦਾ ਹੈ ਨਾ ਹੋਰ ਫੇਰ ਮੈਚ ਦੇਖ ਲਾਂਗੇ ਨਾਲੇ ਜੇ ਮਿਲਪੀ ਭੈਣੇ ਉਹਨਾਂ ਦੇ ਗੇਲੇ ਕੇ ਵਿਆਹ ਸੀ ਆਪਣੇ ਪਿੰਡ ਆਪਣੀ ਸੁਖਪਾਲ ਨਾਲ ਸਾਰੇ ਘਰਾਂ ਦੀਆਂ ਬਾਹਾਂ ਮੇਰਾ ਤਾਂ ਨਾ ਜਾਣੂ ਦੇ ਉਹਨਾਂ ਦੇ ਘਰੇ ਭੋਰਾ ਜੀ ਨਾ ਲੱਗੀ ਫਿਰ ਹੋਰ ਹੁਣ ਕਿੱਥੇ ਜੀ ਲੱਗਦਾ ਹੁੰਦਾ ਬਗਾਨੇ ਜਵਾਕਾਂ ਨਾਲ ਹੋਰ ਆਪਦੇ ਜਵਾਕਾਂ ਬਿਨਾ ਭੈਣੇ ਜੀ ਨਹੀਂ ਲੱਗਦਾ ਨਾਲੇ ਜਾਂਦੀ ਮੂਰੇ ਸੀ ਉਹ ਤਾਂ ਹੋਰ ਮੂਰੇ ਜਾਂਦੀ ਸੀ ਬੀਬੀ ਉਹ ਤਾਂ ਉਹ ਹੁੰਦੇ ਨੇ ਵੱਡੀ ਉਮਰ ਵਾਲੇ ਬੂ ਕੁੜੇ ਆਹਾ ਹੋਰ ਬੈਗ ਬੂਗ ਚੱਕੀ ਆਉਂਦੇ ਨੇ ਤਾਂ ਲੈ ਭਾਈ ਹੁਣ ਜੀ ਲੱਗੂਗਾ ਸੁਣਨੇ ਸੁਣਨੇ ਹੋ ਰਹੇ ਤੀ ਅਸੀਂ ਤਾਂ ਹੋ ਠੀਕ ਆ ਬਤਾ ਬੱਚਾ ਨਾ ਕਰ ਕੋਈ ਨਹੀਂ ਐਂ ਕੱਤ ਕਰਦੀ ਆ ਜੀ ਨਹੀਂ ਲੱਗਿਆ ਤੇਰਾ ਉੱਥੇ ਕੋਈ ਕੋਈ ਰੋਂਦੇ ਨਹੀਂ ਹੁੰਦੇ ਕੀ ਗੱਲ ਹੋ ਗਈ ਰੋਂਦੇ ਨਹੀਂ ਹੁੰਦੇ ਪੁੱਤ ਹੈ ਜੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਬੂਆ ਜੀ ਨਹੀਂ ਲੱਗਿਆ ਓਟ ਫਿਰ ਕਿਉਂ ਕਹ ਜੀ ਨਹੀਂ ਲੱਗਿਆ ਬਹਿ ਜਾ ਉਰੇ ਕੋਈ ਨਹੀਂ ਲੈ ਦੱਸ ਜੇ ਨਹੀਂ ਜੀ ਲੱਗਿਆ ਆਪਣੇ ਘਰ ਹੈਗਾ ਲੈ ਆ ਜਾ ਆ ਜਾ ਪੁੱਤ ਤੂੰ ਲੈ ਜਾ ਲੈ ਦੱਸ ਜਿਉਂਦਾ ਰਹਿ ਵੱਡੀ ਉਮਰ ਵਾਲਾ ਹੋਵੇ ਬਹਿ ਜਾ ਪੁੱਤ ਬਹਿ ਜਾ ਬੂਆ ਮੈਂ ਦੱਸ ਕਿਦਾਂ ਚੋ ਚੋ ਚ ਵਧੀਆ ਰਹੀ ਇੱਥੋਂ ਵਾਲੀ ਗੱਲ ਕਿੱਥੇ ਹੈ ਉੱਥੇ ਮੇਰਾ ਜੀ ਨਹੀਂ ਲੱਗਿਆ ਜਮੀ ਨਹੀਂ ਜੀ ਲੱਗਿਆ ਬੂਆ ਤੂੰ ਤਾਂ ਪੁੱਤ ਤੂੰ ਹੀ ਹਿੰਡ ਕਰ ਲਈ ਐਡੇ ਵੱਡੇ ਖੁੱਲੇ ਘਰ ਚੋਂ ਜਾ ਕੇ ਸ਼ਹਿਰਾਂ 'ਚ ਕਿੱਥੇ ਰਿਹਾ ਜਾਂਦਾ ਹੋਰ ਇਹੀ ਤਾਂ ਗੱਲ ਹੈ ਫਿਰ ਸਾਰੀ ਚੀਜ਼ ਮੁੱਲ ਦੀ ਤੂੰ ਐਂ ਵੀ ਹਿਸਾਬ ਲਾ ਲੈ ਉਹ ਤਾਂ ਪੁੱਤ ਮੁੰਡਾ ਮੁਲਾਜ਼ਮ ਹੈ ਉਹਨਾਂ ਨੂੰ ਤਾਂ ਸਰ ਗਿਆ ਮਹੀਨੇ ਦੀ ਮਹੀਨੇ ਤਨਖਾਹ ਆਉਂਦੀ ਹੈ ਆਪਾਂ ਨੂੰ ਤਾਂ ਜੱਸੇ ਦੇ ਗਏ ਤੋਂ ਬਾਅਦ ਸੀਰੀ ਰੱਖਣਾ ਪਿਆ ਕਿੱਥੇ ਆਪ ਕੰਮ ਕਰਦਾ ਸੀ ਬਾਕੀ ਮੈਂ ਇਹਨੂੰ ਕਹਿਤਾ ਉਦੀ ਜਿੱਦੇ ਗਏ ਆ ਮੈਂ ਹੁਣ ਖਰਚਾ ਲਿਖਣ ਨੂੰ ਕਾਪੀ ਲਾ ਲੈ ਵਧੀਆ ਰਿਹਾ ਠੀਕ ਹੈ ਫਿਰ ਹੋਰ ਨਾਲੇ ਮਸਾ ਮੈਂ ਮੈਸਾਂ ਸਾਮੀਆਂ ਮੈਂ ਸਾਮੀ ਮਸਾ ਸਾਮਦੀਆਂ ਪੁੱਤ ਤਾਂ ਆਪਣੇ ਵਰਗੀ ਮੌਜ ਨਹੀਂ ਹੈਗੀ ਲੱਗਿਆ ਪਤਾ ਫਿਰ ਪਿੰਡ ਵਾਲਾ ਮਾਹੌਲ ਵਧੀਆ ਹੁੰਦਾ ਤੂੰ ਤਾਂ ਮੈਂ ਜਾਣਾ ਭੂਆ ਨਹੀਂ ਜਾਣ ਦਿੰਦੀ ਭੂਆ ਮਗਰ ਲੱਗਦੀ ਹੈ ਬੇਬੇ ਮਗਰ ਲੱਗਦੀ ਹੈ ਤੂੰ ਤਾਂ ਸਾਨੂੰ ਹੀ ਕਰੀ ਗਈ ਮੈਂ ਤੈਨੂੰ ਬਥੇਰਾ ਕਿਹਾ ਸੀ ਪੁੱਤ ਨਹੀਂ ਜੀ ਲੱਗਦਾ ਹੁੰਦਾ ਪਿੰਡ ਵਾਲੇ ਜਵਾਕਾਂ ਦਾ ਸ਼ਹਿਰਾਂ 'ਚ ਕਿੱਥੇ ਜੀ ਲੱਗਦਾ ਨਾਲੇ ਆਪਣਾ ਤਾਂ ਸ਼ਹਿਰ ਵਰਗਾ ਪਿੰਡ ਹੈ ਤੇ ਹੋਰ ਹੁਣ 10 ਮਿੰਟਾਂ ਦੀ ਤਾਂ ਬਾਟ ਹੈ ਸਾਰੀ ਹੁਣ ਨਹੀਂ ਪੋ ਮੈਂ ਕਿਸੇ ਦੇ ਮਗਰ ਲੱਗਦੀ ਹੈਗੀ ਕੱਲੀ ਬੈਠੀ ਰਿਹਾ ਕਰੇ ਉਧਰੇ ਵਾਂਗੂ ਬੂਵੇਂ ਮਰ ਜਾਂਦੀ ਜਿਵੇਂ ਬੋਲੀ ਹੋ ਗਈ ਭੂਆ ਤੂੰ ਕਿਹੜਾ ਕਰੇ ਰਹਿੰਦਾ ਹੋਵੇਂਗਾ ਨਾ ਮੈਂ ਤਾਂ ਹੁਣ ਇੱਧਰ ਖੇਤ ਆ ਜਾਂਦਾ ਤੀ ਸਿੱਧਾ ਫੇਰ ਇਹ ਪਿੰਡ ਆ ਜਾਂਦਾ ਤੀ ਉੱਥੇ ਕੌਣ ਕਿਸੇ ਨਾਲ ਗੱਲ ਕਰਦਾ ਹਾਂ ਤੂੰ ਤਾਂ ਕਹਿੰਦੀ ਆਲੇ ਦਾਲੇ ਗਵਾਂਢੀ ਉੱਥੇ ਬਥੇਰੇ ਹੁੰਦੇ ਨੇ ਗਵਾਂਢੀ ਤਾਂ ਪੁੱਛਦੇ ਵੀ ਨਹੀਂ ਕਿੱਥੋਂ ਤੁਸੀਂ ਕੌਣ ਆ ਬੂਵੇਂ ਮਰ ਜਾਂਦੀ ਮੈਨੂੰ ਕਹਿੰਦੀ ਭੂਆ ਵੀ ਪਿੰਡ ਵਾਂਗੂ ਹੋਊਗਾ ਮਾਹੌਲ ਵਧੀਆ ਹੋਊਗਾ ਪਿੰਡ ਤੋਂ ਵੀ ਲੈ ਦੱਸ ਚੱਲ ਕੋਈ ਨਾ ਪੁੱਤ ਆਪਣੀ ਜਗ੍ਹਾ ਬਣ ਗਈ ਕੁਛ ਨਹੀਂ ਹੈ ਵਿਗੜਿਆ ਆਪਣਾ ਆਪਣਾ ਘਰ ਹੈਗਾ ਮੌਜਾਂ ਕਰੋ ਕੋਈ ਨਾ ਤੂੰ ਫਿਕਰ ਨਾ ਕਰ ਕੋਈ ਪੈਸਾ ਨਹੀਂ ਲੱਗਿਆ ਆਪਣਾ ਸਾਨੂੰ ਪਤਾ ਸੀਗਾ ਵੀ ਤੈਂ ਉੱਥੇ ਰਹਿਣਾ ਨੀ ਭੂਆ ਮੈਂ ਤਾਂ ਗੱਲ ਕਰਨੀ ਤੇਰੇ ਨਾਲ ਇੱਕ ਇਹ ਸੁਖਪਾਲ ਵਾਲੀ ਜਿੱਦ ਜੀ ਫੜੀ ਬੈਠੀ ਹੈ ਕਹਿੰਦੀ ਕਿ ਬੱਬੀ ਹੋਰੇ ਮੰਗੂ ਮੈਂ ਵੀ ਕਹਿੰਦੀ ਸ਼ਹਿਰ 'ਚ ਰਹਿਣਾ ਰਾਣੀ ਨੇ ਇਹਨੂੰ ਕਹਿਤਾ ਕੁਛ ਨਾ ਕੁਛ ਅੱਗੇ ਬਾਲੇ ਵਧੀਆ ਅਸੀਂ ਤਾਂ ਸ਼ਹਿਰ 'ਚ ਰਹਿੰਦੇ ਹਾਂ ਉਹਨਾਂ ਦੇ ਗਈ ਤੀ ਕਿਤੇ ਭਾਂਡਾ ਟੀਂਡਾ ਫੜਾਉਣ ਹੁਣ ਬਾਕੀ ਕਰਤਾਰੂ ਚਾਚੀ ਦਾ ਵੀ ਤੈਨੂੰ ਪਤਾ ਹੀ ਹੈ ਉਂਗਲ ਲਾਉਣ ਨੂੰ ਵੀ ਹਾਂ ਵਰਗੀ ਹੈ
रीस लग गई इनू तो हूँ ये तो हूँ शहर च जाके हटू गेरा जाके हटूगी ऐ किमें बग जूगी उत्थे थोड़ा काम की है खेती बत्ती वाले का बब्बी तो नौकरी से लग्या हुआ है तू इन्हों की खवावेगा उत्थे ले जाके सारी चीज़ मुल दी है 15 किलों की तो तू खेती करद आप निगाह मार डंगर पशु तेरे घर बन्ने हुए ने वो तो उंगल है अग लाई डब्बू कंध ते तेरी चाची की उंगल है जवाब देना तेरे को अज गल करी है तेरे को डर दया कर दी गल मेनू रोज कही जी मां भी कहती है मां ने भी मगर ला रखी उन्हें सारी जिंदगी मैं पैर नहीं पटदी है शहर च तुसी भौंकदे फिरो जिवें तेरे मगर लगदी है ला लै भावां तू ओहदे मगर लग जा मेरे तां हत्थ खड़े ने बड़ा जब होया तो मुकले सो करूगी तो जिद फड़ ली जदों रोज के भांडे ढींडे भन्या करूगी भी जाना है मैं तो जाना है ये जो मन च गल बह जे सारी निकलती नहीं ना फिर हर हीले अगला पूरी करनी चाहता फिर तो ले जावेगा कादे नाल तू ऐ ता हिसाब ला लै फिर भूआ मेरे दिमाग च होर आ गया दस जे आप ए करिए ये उत्थे रह तो सकती नहीं बड़ा चिर मैनू पता है ना तो यह जहा माहौल मिलना इनू उत्थे है वो तो मैनू भी पता है उत्थे नहीं रह सकती मैं इनू ए कह दूंगा भी कोठी आप ले ली ये किराए ते ले लैने मैं तो कहना महीने वास्ते की दी लवेंगा किराए ते चौ पूरा हो जूगा फिर की दी लवेंगा किराए ते उत्थे बबली सरपंच की ले लेंगे बबली सरपंच की 10,000 किराए दा है महीने दा 10,000 नु की है फिर आपां 50 लाख तो बचदे आ 10,000 पिछे इहदा चौ पूरा हो जू चल फिर तू इत्थे रहेगा कि उत्थे जावेगा उत्थे रह जाएंगे महीना कुछ नहीं होंदा केड़ा रख लेंगे होर की है केड़ा दूर है फसल उत्तों आई पई है कुछ नहीं होंदा इहनू कर लैण दे चौ पूरा मैनू पता है रह तां इह सकदी नहीं हैगी तुसीं बस इहनू कहो ना भी आपां कोठी मुल नहीं लैती ना 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 असीं क्यों कहांगे वाली गल ना दस्सियो ना 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 असीं क्यों दस्सांगे मैं इहनू कह दूंगा भूआ मन गई ठीक है कह दे मैं इत्थों तां जिहड़ा कुछ कहाउणा है कहा ली आ गल सी सारी सानू पहला पता सी भी तैं उत्थे रहना नहीं असीं आख्या चल इहदा चा पूरा हो जाओ आपां किराए ते लै लैणे महीना तू तो 15 दिन ही कट्टे तैनू भी नहीं पता दीवे पे गल दा ना बेबे नूं कोई पता नहीं थी तां मैं ते भूआ नहीं किराया करी थी ओह भूआ तां स्कीम भी बड़ी वधिया लाउणी है इन्ने पैसे असीं कित्थों लाउंदे भला ਇਹ ਤਾਂ ਝੂਠ ਬੋਲਦਾ ਸੋਨੂੰ ਸੱਚ ਨੂੰ ਸਾਨੂੰ ਮੈਨੂੰ ਤਾਂ ਐਂਦੀ ਭੂਆ ਲੜਨ ਲੜਨ ਵਾਲੀ ਆ ਕਿਤੇ ਇੰਨੇ ਪੈਸੇ ਪੁੱਤ ਫਿਰ ਸਾਨੂੰ ਪਤਾ ਤੀ ਹੁਣ ਭੂਆ ਮੈਂ ਤੇਰੇ ਮੂਹਰੇ ਬੋਲਦੀ ਨਾ ਤੇਰੇ ਤੇ ਮੱਚਾਂ ਕਦੇ ਅੱਛਾ ਨਾ ਨਾ ਚੱਲ ਵਧੀਆ ਹੋ ਗਿਆ ਇਹ ਕਹਿੰਦਾ ਰੋਜ਼ ਭਾਂਡੇ ਭੰਦੀ ਐ ਮੈਂ ਹੁਣ ਤਾਂ ਜਿੱਦ ਕਰਦੀ ਐ ਤੁਹਾਡੇ ਹੁੰਦੇ ਨਹੀਂ ਬੋਲਦੀ ਕਹਿੰਦਾ ਮੈਨੂੰ ਤਾਂ ਇਸਨੇ ਨਾ ਤਪਾ ਰੱਖੇ ਮੈਂ ਮਾਨਸਾ ਮੈਂ ਸ਼ਹਿਰ ਜਾਣਾ ਮੈਂ ਸ਼ਹਿਰ ਜਾਣਾ ਮੈਂ ਕਿਹਾ ਪੁੱਤ ਫਿਰ ਐਂ ਕਰ ਲੈ ਬਾਬਲੀ ਹੋਰਾਂ ਦੀ ਕੋਠੀ ਪਈ ਤੀ ਤੇਰੇ ਭੂਆ ਆਪਣੇ ਪੈਸੇ ਹੀ ਬਚਤ ਰਹੇਗੀ ਚੱਲ ਸਾਰੀ ਬਚਤ ਰਹੇਗੀ ਹੁਣ 15 ਦਿਨਾਂ ਦਾ ਕਿਰਾਇਆ ਉਹਨਾਂ ਨੂੰ ਕਿਹੜਾ ਦੇਵਾਂਗੇ ਮਹੀਨੇ ਦਾ 10,000 ਸੀ ਹਾਂ ਫਿਰ ਹੁਣ 15 ਦਿਨਾਂ ਦਾ ਹੈ ਵੀ 15 ਦਿਨਾਂ ਦਾ ਕਿਰਾਇਆ ਕਿਹੜਾ ਦੇਵਾਂਗੇ ਨਹੀਂ ਦੇਣਾ ਤਾਂ ਮਹੀਨੇ ਦੇ ਪਊਗਾ ਚਲ ਕੋਈ ਗੱਲ ਨਹੀਂ ਦੇਣਾ ਤਾਂ ਮਹੀਨੇ ਦੇ ਪਊਗਾ ਜੇ ਗੱਲ ਕਰੀ ਇਹ ਤਾਂ ਮਰਜੂ ਇਹ ਤਾਂ ਕਹ ਦੂਗੀ 10,000 ਲੱਗ ਗਿਆ ਤੈਨੂੰ ਮੁੱਕਰ ਸਾ ਦੇਣਾ ਪਊਗਾ ਇਹ ਤਾਂ ਖਰਚੇ ਵਾਲੀ ਕਾਪੀ ਕਣੀ ਦੇਖੀ ਜਾਇਆ ਕਰੇ ਹਾਏ ਹਾਏ ਦੇਖ ਲਿਆ ਉਰੇ ਤਾਂ ਪੂਆਣ ਸੁੱਕਰੀ ਕਾਪੀ ਕੋਈ ਹੈ ਨਹੀਂ ਕੀ ਹਾਏ ਹਾਏ ਪੰਗਾ ਕੀ ਹੋਇਆ ਹੁਣ ਜਿਹਦੇ ਕਿਸੇ ਦੇ ਅੰਗਲੀ ਸੰਗਲੀ ਚੋਂ ਰਿਸ਼ਤੇਦਾਰ ਆ ਜਾਂਦੇ ਨੇ ਕੋਈ ਹਸਪਤਾਲ 'ਚ ਦਵਾਈ ਲੈਣ ਆ ਗਿਆ ਦਾਖਲ ਕਰ ਲਿਆ ਭਾਈ ਆਪ ਰੋਟੀ ਭੇਜ ਦਿਓ ਓਹੋ ਸਾਡੇ ਚਾਹੀ ਤਾਂ ਕਹਿੰਦੇ ਸੀ ਤਾਂ 4 ਜਾਣੇ 8 ਜਾਣੇ ਦੀ ਰੋਟੀ ਡੇਲੀ ਪੱਕਿਆ ਕਰੇ ਬਸ ਇਹ ਤਾਂ ਮੈਨੂੰ ਤਾਂ ਲੱਗਦਾ ਤੂੰ ਤਾਂ ਲੋਕਾਂ ਨਾਲੇ ਇਹ ਤਾਂ ਲੋਕਾਂ ਤੋਂ ਡਰਦੀ ਆ ਗਈ ਅਗਲਾ ਵੀ ਕਰ ਦਿੰਦਾ ਫੋਨ ਆ ਭੇਜ ਦਿਓ ਭਾਈ ਰੋਟੀ ਹੋਰ ਫਲਾਨੇ ਤੇ ਫਲਾਨੇ ਦਾਖਲ ਨੇ ਹਾਂ ਇੱਥੇ ਸੱਸ ਕਰਦੀ ਸੀ ਅੱਧਾ ਕੰਮ ਹਾਂ ਸਹੀ ਗੱਲ ਹੈ ਬੇਬੇ ਇਹੋ ਜਿਹੇ ਪੰਗੇ ਕਰਦੇ ਭਾਈ ਤੈਂ ਤਾਂ ਆਖਿਆ ਵੀ ਭੂਆ ਭੈੜੀ ਹੈ ਬਚ ਕੇ ਵਗ ਜੀਏ ਭੂਆ ਹੋਰਾਂ ਤੋਂ ਹਨਾ ਹੋਰ ਬਚ ਕੇ ਗਈ ਸੀ ਚੱਲ ਕੋਈ ਨਾ ਪੁੱਤ ਕੋਈ ਨਹੀਂ ਫਿਰ ਕੀ ਹੋ ਗਿਆ ਤੇਰਾ ਚਾਅ ਪੂਰਾ ਹੋ ਗਿਆ ਸ਼ਹਿਰ ਵਾਲਾ ਕਿ ਨਹੀਂ ਬੁਆ ਮੈਂ ਹਿੰਡ ਕਰਦੀ ਹਣ ਕਰਦੀ ਨਹੀਂ ਨਾ ਚੱਲ ਚੰਗਾ ਪੁੱਤ ਪਤਾ ਲੱਗ ਜੂਗਾ ਤਾਂ ਦੇਖ ਲਿਆ ਚੱਲ ਕੇ ਰਹੇ ਨੇ ਹੈ ਦੇਖ ਲਿਆ ਇਹਨੇ ਕੇਰਾ ਚੱਲ ਕੇ ਰਾ ਜਾਇ ਆਈ ਗੇਤਾ ਪਿਛੇ ਤੈਨੇ ਦੇਖਣਾ ਸ਼ਹਿਰ ਕਰਦੀ ਸੀ ਚੱਲ ਕੇ ਰਾ ਜਾਇ ਆਈ
ਨਾਲੇ ਤਾਂ ਹੁਣ ਕਲਾਣੇ ਮੱਥਾ ਟੇਕ ਕੇ ਆਉਣੇ ਠੀਕ ਹੈ ਭੂਆ ਨਾਲੇ ਜੁਗਤੀਆਂ ਦੇ ਭੋਗ ਆ ਗਿਆ ਅੱਛਾ ਅਸੀਂ ਤਾਂ ਤੇਰੇ ਬਿਨਾਂ ਆਏ ਔਖੇ ਹੋ ਰਹੇ ਤੇ ਸਾਨੂੰ ਦੋਵਾਂ ਨੂੰ ਜਾਣਾ ਪੈਂਦਾ ਕਦੇ ਕੱਲੀ ਨੂੰ ਜਾਣਾ ਪੈਂਦਾ ਹੁਣ ਤੁਸੀਂ ਦੋਵੇਂ ਸੱਸ ਨੂੰ ਵਗ ਜਾਂਦੇ ਤੀਆਂ ਜਾਂ ਆਪਾਂ ਦੋਵੇਂ ਭੂਆ ਭਤੀਜੀ ਵਗ ਜਾਂਦੀਆਂ ਤੀਆਂ ਹੋਰ ਇੱਕ ਜਣੇ ਘਰੇ ਰਹਿ ਜਾਂਦੀ ਚੱਲ ਹੋਰ ਜਿੰਦੇ ਲਾਉਣੇ ਵੀ ਔਖੇ ਪੁੱਤ ਇੰਨੇ 12 ਨੂੰ ਹਾਏ ਹਾਏ ਦੇਖ ਲੈ ਕੌਡੀ ਕੌਡੀ ਮੰਨੀ ਬੈਠੀ ਹੈ ਰੱਖ ਦੋ ਚੱਕ ਕੇ ਬੈਗ ਹੋਰ ਚਾਹ ਬਣਾ ਭੂਆ ਨਾ ਚਾਹ ਤੇਰੀ ਬੀਬੀ ਬਣਾ ਦੂਗੀ ਬਣਾ ਦੇ ਚਾਹ ਜਵਾਕਾਂ ਨੂੰ ਬਣਾ ਦੇਣੀ ਆ ਕੋਈ ਨਹੀਂ ਮੈਂ ਕਰ ਦਿੰਨੀ ਆ ਹੋਰ ਕਰ ਲੈ ਸਮਾਨ ਸਵੇਰੇ ਚੱਕ ਲੈ ਚੰਗਾ ਕੋਈ ਨਾ ਉਹ ਛੋਟਾ ਹੱਥੀ ਗਿਆ ਕਰਾ ਕੇ ਚੱਕ ਲੈ ਮੈਂ ਕੋਈ ਨਹੀਂ ਆ ਜਾਊਗਾ ਹੁਣ ਭੋਲੇ ਦਾ ਹੱਥ ਹੀ ਜਾਊਗਾ ਹਾਂ ਚੱਲ ਕਿਹ ਆਉਂਦੇ ਭੋਲੇ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ ਹੁਣ ਵਾਰੀ ਹੈ ਤੁਹਾਡੀ ਸੁਖਜੋਤ ਸਿੰਘ ਲਾਲੀ ਕਲਾਲ ਵਾਲਾ ਪ੍ਰਭਲੀਨ ਕੌਰ ਧਰਮ ਸਿੰਘ ਸਮਰਵੀਰ ਧਾਲੀਵਾਲ ਪਿੰਡ ਗਹਿਲਾਂ ਕਰਮਜੀਤ ਬਾਠ ਅਮਰਚੰਦ ਮੇਜਰ ਸਿੰਘ ਬੁੱਟਰ ਕੁਲਵਿੰਦਰ ਸਿੰਘ ਕਮਲ ਕੈਨੇਡਾ ਦਿਲਪ੍ਰੀਤ ਬਰਾੜ ਮਨਜੀਤ ਕੌਰ ਭੱਟੀ ਗੁਰਪ੍ਰੀਤ ਚਹਿਲ ਫਾਫੜੇ ਭਾਈ ਕੇ ਬੇਅੰਤ ਸਿੰਘ ਡਰੋਲੀ ਭਾਈ ਮੋਗਾ ਰਛਪਾਲ ਸਿੰਘ ਹੰਸ ਮਨਜੀਤ ਕੌਰ ਹੰਸ ਫਰੀਦਪੁਰ ਖੁਰਦ ਮਰੇਲਕੋਟਲਾ ਜਗਸੀਰ ਕੁਮਾਰ ਅਰੋੜਾ ਕੋਟੀ ਸਿੱਖਾਂ ਜਸਵੀਰ ਵਖਤੂ ਸਤਨਾਮ ਸਿੰਘ ਅਲੋਵਾਲ ਰਾਜਵੀਰ ਰੰਗੀ ਪੰਜਾਬ ਕੌਰ ਧਾਲੀਵਾਲ ਕਾਲਾ ਲੁਬਾਣਾ ਸ਼ੁਕਰੀਆ ਜੀ ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਅਤੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਸਾਡੀ ਵੀਡੀਓ 'ਤੇ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਸ਼ੁਕਰੀਆ ਜੀ ਮਿਹਰਬਾਨੀ ਰੱਬ ਰਾਖਾ